ਬੀਸੀ ਨਿਊਜ਼ ਦੇ ਸਰਦਾਰਸ਼ਕਨਾਂ ਦਾ ਸਵਾਗਤ ਹੈ ਮੌਜੂਦਾ ਸਮੇਂ ਦੇ ਵਿੱਚ ਖਾਸ ਤੌਰ ਤੇ ਉਹ ਪੀੜੀ ਜਿਹੜੀ ਪੰਜਾਬੋਂ ਬਾਹਰ ਪੈਦਾ ਹੋਰੀ ਪੰਜਾਬ ਦੇ ਵਿੱਚ ਵੀ ਆਉਣ ਵਾਲੀ ਨਵੀਂ ਪੀੜੀ ਜਿਹੜੀ ਆ ਉਹ ਧਰਮ ਦੇ ਮਸਲੇ 'ਚ ਬਹੁਤ ਲੌਜੀਕਲ ਰੈਸ਼ਨਲ ਸੋਚ ਰੱਖਣ ਵਾਲੀ ਹੈ ਜਿਹੜੀ ਸਵਾਲ ਪੁੱਛਦੀ ਹੈ ਕਿ ਜੋ ਰਵਾਇਤਾਂ ਨੇ ਜੋ ਧਾਰਮਿਕ ਰੌ ਰੀਤਾਂ ਨੇ ਉਹਨਾਂ ਦਾ ਮਤਲਬ ਕੀ ਹੈ ਔਰ ਉਹਨਾਂ ਦੇ ਚਲਦੇ ਆ ਜਿਹੜੇ ਧਰਮਾਂ ਨੂੰ ਜਾਂ ਗੁਰਦੁਆਰਾ ਸਾਹਿਬ ਨੂੰ ਫੰਡ ਜਾਂਦੇ ਨੇ ਜਾਂ ਡੇਰਿਆਂ ਦੇ ਵਿੱਚ ਫੰਡ ਜਾਂਦੇ ਨੇ ਉਹਨਾਂ ਦੀ ਸਹੀ ਵਰਤੋਂ ਆਮ ਇਨਸਾਨ ਦੇ ਵਾਸਤੇ ਕਿਉਂ ਨਹੀਂ ਹੁੰਦੀ ਤੇ ਇਹਦੇ ਨਾਲ ਨਾਲ ਧਰਮ ਪ੍ਰਚਾਰਕ ਸਮਾਜ ਦੇ ਵਿੱਚ ਕਿਹੋ ਜਿਹਾ ਰੋਲ ਨਿਭਾਉਣਗੇ ਇਹਦੇ ਬਾਰੇ ਪੁੱਛਣ ਵਾਲੇ ਸਵਾਲ ਜਿਹੜੀ ਜਨਰੇਸ਼ਨ ਹੈ ਕਿ ਉਸ ਜਨਰੇਸ਼ਨ ਨੂੰ ਤੁਸੀਂ ਸਿਰਫ ਔਰ ਸਿਰਫ ਲੈਕਚਰ ਦੇ ਕੇ ਚੁੱਪ ਕਰਾ ਸਕਦੇ ਹਾਂ ਜਾਂ ਕਿ ਤੁਹਾਨੂੰ ਉਹਨਾਂ ਦੇ ਨਾਲ ਰਲਣਾ ਪਏਗਾ ਉਹਨਾਂ ਦੇ ਨਾਲ ਬਹਿ ਕੇ ਵਿਚਾਰ ਵਟਾਂਦਰਾ ਕਰਨੇ ਪੈਣਗੇ ਤੇ ਉਹਨਾਂ ਦੀਆਂ ਗੱਲਾਂ ਦਾ ਜਵਾਬ ਵੀ ਦੇਣਾ ਪਏਗਾ ਐਸੇ ਕੁ ਸਵਾਲ ਨੇ ਜਿਨ੍ਹਾਂ ਦਾ ਜਵਾਬ ਜਾਣਨ ਦੀ ਅਸੀਂ ਬਾਰ-ਬਾਰ ਕੋਸ਼ਿਸ਼ ਕਰਦੇ ਆਂ ਔਰ ਇਸ ਕੋਸ਼ਿਸ਼ ਦੇ ਵਿੱਚ ਇੱਕ ਖਾਸ ਸ਼ਖਸੀਅਤ ਦੇ ਕੋਲੋਂ ਅਸੀਂ ਅੱਜ ਸਮਾਂ ਮੰਗਿਆ ਆ ਲੁਧਿਆਣਾ ਜਗਰਾਉਂ ਦੇ ਕੋਲ ਡੇਰਾ ਨਾਨਕਸਰ ਜੋ ਹੈ ਉੱਥੋਂ ਦੇ ਮੁਖੀ ਬਾਬਾ ਲਖਾ ਸਿੰਘ ਜੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨੂੰ ਥੋੜਾ ਵਕਤ ਮੰਗੇਆ ਜਦੋਂ ਉਹ ਆਪਣੀ ਸੰਗਤ ਦੇ ਨਾਲ ਵਿਚਰ ਰਹੇ ਸਨ ਔਰ ਨਿਊਯਾਰਕ ਦੇ ਵਿੱਚ ਆਇਆ ਹੋਇਆ ਤੋਂ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਜਾਣਨਾ ਚਾਹਨੇ ਆ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਵਕਤ ਕੱਢਿਆ ਸਾਨੂੰ ਇਹ ਜ਼ਰੂਰ ਦੱਸੋ ਕਿੰਨੇ ਕੁ ਲੰਬੇ ਟੂਰ ਤੇ ਹੈਗੇ ਔਰ ਕਦੋਂ ਦੇ ਇੱਥੇ ਮੌਜੂਦ ਹੋ 10 ਤੋਂ ਤਕਰੀਬਨ 1 ਮਹੀਨਾ ਹੋ ਗਿਆ ਪਹਿਲਾਂ ਕੈਨੇਡਾ ਹਰ ਸ਼ਹਿਰ ਦੇ ਵਿੱਚ ਗਿਆ ਉਪਰੰਤ ਟ੍ਰਾਂਟੋ ਤੋਂ ਹੁੰਦਾ ਵਿਨੀਪੈਗ ਕੈਲਗਰੀ ਐਡਮਿੰਟਨ ਸੈਟਲ ਤੋਂ ਫਿਰ ਕੈਲਗਰੀ ਫਿਰ ਵੈਨਕੂਵਰ ਦਾ ਇਲਾਕਾ ਸਾਰਾ ਉਤੋਂ ਅਪਰੰਤ ਸੈਟਲ ਸੈਟਲ ਤੋਂ ਬਾਅਦ ਪੋਰਟਲੈਂਡ ਪੋਰਟਲੈਂਡ ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ ਕਾਫੀ ਸਾਰਾਂ ਚਦਾਸ ਨੇ ਵਿਜ਼ਿਟ ਕੀਤਾ ਔਰ ਉਤੋਂ ਹੁੰਦਾ ਆ ਹੁਣ ਇੱਥੇ ਨਿਊਯਾਰਕ ਵਿੱਚ ਪਹੁੰਚਾ ਔਰ ਪੰਜ ਦਿਨ ਦਿੱਤੇ ਵਾਪਸੀ ਔਰ ਦਾਸ ਜਿੱਥੇ ਵੀ ਗਿਆ ਸੰਗਤਾਂ ਦਾ ਬਹੁਤ ਹੀ ਪਿਆਰ ਤੇ ਸਤਿਕਾਰ ਮਾਨ ਮਿਲਿਆ ਔਰ ਬਹੁਤ ਲੋਕਾਂ ਨੇ ਹਰ ਜਗ੍ਹਾ ਤੇ ਪ੍ਰੋਗਰਾਮ ਜੋ ਸਲਾੰਗਾ ਕੀਤੀ ਉਹਨਾਂ ਨੇ ਜੀ ਮੈਂ ਜਾਨਣਾ ਚਾਹੁੰਦਾ ਬਾਬਾਈ ਕਿਉਂਕਿ ਸਮਾਂ ਬਦਲ ਗਿਆ ਔਰ ਤੁਹਾਨੂੰ ਬਹੁਤ ਸਮਾਂ ਹੋ ਗਿਆ ਆ ਧਰਮ ਪ੍ਰਚਾਰ ਦੇ ਕੰਮ ਦੇ ਵਿੱਚ ਪਰ ਕਿੰਨਾ ਕੁ ਫਰਕ ਤੁਸੀਂ ਨੋਟ ਕਰਦੇ ਹੋ ਪਿਛਲੇ 10-15 ਸਾਲਾਂ ਦੇ ਵਿੱਚ ਜਿਹੜੀ ਥੋੜੀ ਸੰਗਤ ਹੈ ਪਹਿਲਾਂ ਲੋਕੀ ਬਿਲਕੁਲ ਅੱਖਾਂ ਬੰਦ ਕਰਕੇ ਹਰ ਗੱਲ ਤੇ ਵਿਸ਼ਵਾਸ ਕਰਦੇ ਸੀ ਅੱਜ ਦੇ ਜਿਹੜੇ ਬੱਚੇ ਨੇ ਉਹ ਸਵਾਲ ਪੁੱਛਦੇ ਨੇ ਉਹ ਤਰਕ ਦੇ ਨਾਲ ਗੱਲ ਕਰਦੇ ਨੇ ਜਾਣਨਾ ਚਾਹੁੰਦੇ ਨੇ ਜੋ ਕਹਿ ਰਹੇ ਉਹਦੇ ਪਿੱਛੇ ਸੱਚਾਈ ਕੀ ਹੈ ਜਾਂ ਜੋ ਕਹਿ ਰਹੇ ਉਹਦੇ ਪਿੱਛੇ ਪ੍ਰਭਾਸ਼ਾ ਕੀ ਹੈ ਤੁਹਾਨੂੰ ਕੁਝ ਫਰਕ ਨਜ਼ਰ ਆਉਂਦਾ ਹੈ ਔਰ ਕਿਵੇਂ ਉਹਨਾਂ ਨਾਲ ਗੱਲ ਕਰਦੇ ਹੋ ਫਿਰ ਅੱਜ ਦਾ ਸਮਾਂ ਜਿਹੜਾ ਹੈਗਾ ਪੜਿਆ ਲਿਖਿਆ ਜੁਗਾ ਆ ਗਿਆ ਮੀਡੀਆ ਦਾ ਜੁਗਾ ਆ ਗਿਆ ਅੱਜ ਕਿਸੇ ਨੂੰ ਕੋਈ ਬੰਦਾ ਗਮਰਾਹ ਨਹੀਂ ਕਰ ਸਕਦਾ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਬੱਚੇ ਆ ਬੱਚਿਆਂ ਨੂੰ ਵੀ ਇਤਨੀ ਨੌਲੇਜ ਆ ਚੁੱਕੀ ਆ ਕਿ ਜੋ ਕੈਨਸਨ ਤੋਂ ਬਾਹਰ ਇੰਨੇ ਡੂੰਗੇ ਠੋਸ ਸਵਾਲ ਕਰਦੇ ਨੇ ਬੱਚੇ ਵੀ ਤੇ ਸੋ ਮਨ ਮੇਰਾ ਬੜਾ ਖੁਸ਼ ਹੁੰਦਾ ਗੱਦਗੱਦ ਹੁੰਦਾ ਕਿ ਇਹਨਾਂ ਨੂੰ ਵੀ ਇਨੀ ਜਿਹੀ ਸੂਝ ਆ ਗਈ ਸਿਆਣਪ ਆ ਗਈ ਆ ਔਰ ਯੁੱਗ ਦੇ ਮੁਤਾਬਕ ਸਮੇਂ ਦੇ ਲਈ ਹਾਜ਼ਰ ਨਾਲ ਜੋ ਵਿਜਰਦਾ ਦੁਨੀਆ ਦੇ ਵਿੱਚ ਪ੍ਰਚਾਰਕ ਉਹਦਾ ਵੀ ਜੋ ਉਸੇ ਤਰ੍ਹਾਂ ਦਾ ਸ਼ੇਟਮ ਹੋਊਗਾ ਤੇ ਤਾਂ ਇਹ ਕਾਮਯਾਬ ਹੋਏਗਾ ਸਭ ਤੋਂ ਪਹਿਲਾਂ ਤੇ ਪ੍ਰੈਕਟੀਕਲ ਜਿਹੜਾ ਜੀਵਨ ਉੱsਰ ਪਾਉਂਦਾ ਜਿੰਨਾ ਚਿਰ ਜੀਵਨ ਪ੍ਰੈਕਟੀਕਲ ਨਹੀਂ ਅਸੀਂ ਲੋਕਾਂ ਨੂੰ ਕੁਛ ਕਹੀਏ ਤੇ ਪਿੱਛੇ ਪਿੱਟ ਵਿੱਚ ਕੁਛ ਕਰੀਏ ਵਖਾਵਾ ਕੁਛ ਹੋਰ ਕੀਏ ਤੇ ਪਿੱਟ ਪਿੱਛੇ ਸਾਡੇ ਕੁਝ ਹੋਰ ਹੋਵੇ ਤੇ ਦੁਨੀਆ ਨੂੰ ਅੱਜ ਕੱਲ ਕੋਈ ਚਾਰ ਨਹੀਂ ਸਕਦਾ ਗਮਰਾ ਨਹੀਂ ਕਰ ਸਕਦਾ ਇਹ ਤੇ ਇੱਕ ਗਰੰਟੀ ਆ ਕਿ ਜਿੰਨਾ ਚਿਰ ਕੋਈ ਵੀ ਇਨਸਾਨ ਆ ਪਾਵੇ ਕਿਸੇ ਵੀ ਮੈਕਮੇ ਦੇ ਵਿੱਚ ਕਿਸੇ ਵੀ ਲੈਨ ਦੇ ਵਿੱਚ ਆ ਜਿੰਨਾ ਚਿਰ ਉਹਦਾ ਪ੍ਰੈਕਟੀਕਲ ਜੀਵਨ ਨਹੀਂ ਹੋਵੇਗਾ ਉਹਨਾਂ ਚਿਰ ਕੋਈ ਕਿਤੇ ਉਦਾਸ ਨਹੀਂ ਪਵੇ ਸੋ ਜਿਹੜੇ ਗਰਾਸਤਾ ਆਸ਼ਰਮ ਦੀ ਗੱਲ ਪਾਣੀ ਦੇ ਵਿੱਚ ਜੋ ਜੋ ਗ੍ਰਸਤ ਸਾਹਮਣ ਦੀ ਗੱਲ ਬਾਣੀ ਜੀ ਆ ਗੁਰੂਆਂ ਨੇ ਕੀਤੀ ਆ ਤੁਸੀਂ ਮੰਨਦੇ ਹੋ ਕਿ ਉਹਦੇ ਬਗੈਰ ਉਤੋਂ ਭੱਜ ਕੇ ਕਿਸੇ ਸਾਧ ਸੰਤ ਨੂੰ ਘਟਗੱਟ ਸਿੱਖੀ ਦੇ ਵਿੱਚ ਲਾ ਦੇਣ ਦਾ ਕੋਈ ਲੌਜੀਕ ਨਹੀਂ ਹੈ ਕੋ ਜਿਹੜਾ ਗੁਰੂ ਨੇ ਮਾਰਗ ਚਲਾਇਆ ਗੁਰੂ ਦਾ ਜਿਹੜਾ ਮਾਰਗ ਬੜਾ ਉੱਚਾ ਸੁੱਚਾ ਮਾਰਗਾ ਇਹਦੇ ਵਿੱਚ ਕੋਈ ਵਿਖਾਵਾ ਕੋਈ ਭਪੇਦੋ ਕੋਈ ਐਸਾ ਨਹੀਂ ਰੱਖਿਆ ਗੁਰੂ ਨੇ ਖੁੱਲ ਕੇ ਖਲਾਸਾ ਕੀਤਾ ਹਰ ਚੀਜ਼ ਦਾ ਤਾਂ ਜੋ ਗ੍ਰਹਿਤਾ ਆਸ਼ਰਮ ਨੂੰ ਗੁਰੂ ਸਾਹਿਬ ਨੇ ਪ੍ਰਧਾਨਤਾ ਦਿੱਤੀ ਔਰ ਜੇ ਇਸ ਲੈਣ ਵਿੱਚ ਰਹਿੰਦਾ ਉਹਦਾ ਜੀਵਨ ਸੀ ਇਹ ਸੁੱਚਾ ਵਾ ਘਰ ਵਿੱਚ ਸੁੱਖ ਸੰਧੀ ਪਰਿਵਾਰ ਵਿੱਚ ਸੁੱਖ ਸੰਧੀ ਹੈ ਤੇ ਉਹ ਹਮੇਸ਼ਾ ਗੁਰੂ ਦੀਆਂ ਬਖਸ਼ੰਦਾ ਵੀ ਪਾਤਰ ਬਣ ਸਕਦਾ ਆ ਬਬਾਈ ਇੱਕ ਬਹੁਤ ਇੰਪੋਰਟੈਂਟ ਸਵਾਲ ਜਿਹੜਾ ਕਲਾ ਮੈਂ ਨਹੀਂ ਇੱਥੇ ਦੀ ਜਨਰੇਸ਼ਨ ਸਪੈਸ਼ਲੀ ਕਿਉਂਕਿ ਅਸੀਂ ਨਿਊਯਾਰਕ ਖੜੇ ਆ ਅਮਰੀਕਾ ਕੈਨੇਡਾ ਦੀ ਗੱਲ ਕਰਦੇ ਆ ਜਿਹੜੀ ਇੱਥੇ ਜਨਰੇਸ਼ਨ ਪੁੱਛਦੀ ਹੈ ਉਹ ਬਾਰ ਬਾਰ ਸਭ ਤੋਂ ਇੰਪੋਰਟੈਂਟ ਸਭ ਤੋਂ ਸੌਖਾ ਕੀਤੇ ਜਾਣ ਵਾਲਾ ਕੰਮ ਹੈ ਜਿਹੜਾ ਨਹੀਂ ਹੋ ਰਿਹਾ ਆਸਟ੍ਰੇਲੀਆ ਚ ਕੈਨੇਡਾ ਚ ਯੂਕੇ ਚ ਥੋੜਾ ਥੋੜਾ ਹੋ ਰਿਹਾ ਅਮਰੀਕਾ ਚ ਬਹੁਤ ਘੱਟ ਹੋ ਰਿਹਾ ਉਹ ਹੈ ਸਾਡੇ ਲੰਗਰ ਦੀ ਸਹੀ ਵਰਤੋਂ ਅਸਲ ਲੋੜਵੰਦ ਖਾਤਰ ਸਾਡੇ ਗੁਰਦੁਆਰਾ ਸਭਾਾਂ 'ਚ ਲੰਗਰ ਦੀ ਕੋਈ ਕੰਮ ਹੀ ਨਹੀਂ ਹੈ। ਅਸੀਂ ਚਾਰ ਦੀਵਾਰੀ ਦੇ ਅੰਦਰ ਲੰਗਰ ਰੱਖਿਆ ਹੋਇਆ ਹੈ ਜਿਹੜੇ ਰੱਜੇ ਪੁੱਜੇ ਨਹੀਂ ਉਹੀ ਰੱਜ ਜਾਂਦੇ ਨੇ ਆ ਕੇ। ਔਰ ਸਾਡੇ ਹੀ ਗੁਰਦੁਆਰਾ ਸਭਾਂ ਦੇ ਦੋ-ਦੋ ਤਿੰਨ-ਤਿੰਨ ਮੀਲ ਦੇ ਦਾਇਰੇ ਦੇ ਵਿੱਚ ਵੀ 10 ਮੀਲ ਦੇ ਦਾਇਰੇ ਦੇ ਵਿੱਚ ਵੀ ਹੋਮਲੈਸ ਜਾਂ ਭੁੱਖੇ ਲੋਕ ਨੇ ਪਰ ਤੁਹਾਨੂੰ ਲੱਗਦਾ ਹੈ ਕਿ ਫੂਡ ਟਰੱਕ ਚਲਾਉਣੇ ਜਾਂ ਲੰਗਰ ਨੂੰ ਬਾਹਰ ਲੈ ਕੇ ਜਾਣਾ ਅੱਜ ਦੇ ਸਮੇਂ ਦੇ ਵਿੱਚ ਲੰਗਰ ਦੀ ਜ਼ਿਆਦਾ ਤਰਕਸ਼ੀਲ ਵਰਤੋਂ ਹੋਏਗੀ। ਨੇ ਗੱਲ ਤੇ ਤੁਹਾਡੀ ਬਹੁਤ ਵੱਡੀ ਇਹ ਗੱਲ ਜਿਹੜਾ ਬਸਨ ਕਿਹਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ 20 ਰੁਪਏ ਦੇ ਨਾਲ ਜਾਂ ਲੰਗਰ ਚਲਾਇਆ ਸੀ ਉਹਦੇ ਵਿੱਚ ਕਿੰਨੀਆਂ ਵੱਡੀਆਂ ਬਰਕਤਾਂ ਪਾਈਆਂ ਨੇ ਔਰ ਸਵਾਲ ਬੜਾ ਤੁਹਾਡਾ ਡੂੰਘਾ ਏ ਇਦੇ ਵਿੱਚ ਜਿਹੜੀ ਪੰਗਤ ਤੇ ਸੰਗਤ ਗੁਰੂ ਨੇ ਬਖਸ਼ੀ ਹੈ ਨਾ ਇਸ ਸਿਧਾਂਤ ਨੂੰ ਸਾਨੂੰ ਸਮਝਣ ਦੀ ਲੋੜ ਆ ਪੰਗਤ ਵਿੱਚ ਵੀ ਗਰੀਬ ਤੋਂ ਗਰੀਬ ਕੰਗਾਲ ਤੋਂ ਕੰਗਾਲ ਆ ਜਾਵੇ ਕੋਈ ਕਿਦਾਂ ਦਾ ਕੋਈ ਕਰਮ ਕਰਕੇ ਆ ਜਾਵੇ ਉਸ ਨੂੰ ਠੱਲੇ ਨਹੀਂ ਜਾਂਦਾ ਉਸੇ ਜਗ੍ਹਾ ਤੇ ਤਖਤ ਦਾ ਬਾਦਸ਼ਾਹ ਵੀ ਬੈਠਾ ਹੈ ਉਹ ਸਭ ਇੱਕ ਜਗ੍ਹਾ ਦਿੱਤੀ ਹੈ ਤਾਂ ਕਿ ਪਲੇਟਫਾਰਮ ਜਿਹੜਾ ਗੁਰੂ ਨੇ ਐਸਾ ਬਣਾਇਆ ਹੈ ਕਿ ਦੁਨੀਆਂ ਦਾ ਅਪ ਵਿੱਚ ਜੋ ਇੱਕ ਛੋਤਾਂ ਈਰਖਾ ਵੈਰ ਵਿਰੋਧ ਨਫਰ ਦੀ ਭਾਵਨਾ ਵਧੀ ਹੋਈ ਆ ਉਹ ਚੀਜ਼ ਦਾ ਸਵਾਲ ਪੈਦਾ ਹੋਇਆ ਇਹ ਸਾਰਾ ਖਤਮ ਹੋ ਜਾਵੇ ਤੇ ਸਾਰੇ ਇੱਕ ਬਕਰੀ ਵਿੱਚ ਬੈਠ ਕੇ ਸਾਰੇ ਇੱਕ ਦੂਜੇ ਨੂੰ ਇਨਸਾਨ ਨੂੰ ਇਨਸਾਨ ਸਮਝਣ ਦੀ ਕੋਸ਼ਿਸ਼ ਕਰਨ ਔਰ ਜਿਹੜੀ ਲੰਗਰ ਦੀ ਦੁਰਵਰਤਾ ਦੀ ਤੁਸੀਂ ਗੱਲ ਕੀਤੀ ਆ ਦੁਰਵਰਤਾ ਵੀ ਹੋ ਰਹੀ ਹੈ ਕਈ ਵਾਰ ਅਸੀਂ ਲੰਗਰ ਨੂੰ ਹੋਰ ਅਲੇਜੇ ਨਾਲ ਦੇਖਦੇ ਆ ਕਿਉਂਕਿ ਅੱਜ ਇਹ ਗੱਲਾਂ ਮੇਰੀਆਂ ਕਰਨੀਆਂ ਬੜੀਆਂ ਜ਼ਰੂਰੀ ਨੇ ਬੇਸ਼ੱਕ ਕਈਆਂ ਨੂੰ ਮੇਰੀ ਗੱਲ ਦੇ ਉੱਤੇ ਗੁੱਸਾ ਵੀ ਲੱਗੇਗਾ ਲੇਕਿਨ ਮਹਾਂਪੁਰਖ ਬਚਨ ਕਰਦੇ ਚੰਨ ਕਿ ਜਦੋਂ ਗੁਰੂ ਘਰ ਵਿੱਚ ਜਾਣਾ ਕਦੀ ਲੰਗਰ ਦੀ ਆਸਾ ਰੱਖ ਕੇ ਨਹੀਂ ਜਾਣਾ ਜਦੋਂ ਵੀ ਜਾਣਾ ਗੁਰੂ ਘਰ ਗੁਰੂ ਦੀਆਂ ਬਖਸ਼ਿਸਾਂ ਦੇ ਪਾਤਰ ਬਣ ਕੇ ਜਾਣਾ ਆਪਾਂ ਆਮ ਤੌਰ ਤੇ ਕੀ ਦੇਖਣ ਵਿੱਚ ਆ ਰਿਹਾ ਅੱਜ ਦੀ ਜਿਹੜੀ ਹੈਗੀ ਲੋਕ ਇਹੋ ਜਿਹਾ ਉਹਨਾਂ ਦਾ ਵੀ ਵਿਊ ਬਣ ਗਿਆ ਕਿ ਜੇ ਉਹਨੇ ਸਾਗ ਖਾਣਾ ਤੇ ਉਹ ਦੇਖੋ ਕਿਹੜੇ ਗੁਰਦਾਰੇ ਸਾਗ ਬਣਿਆ ਜੇ ਉਹਨੇ ਉਹਦਾ ਪੀਜ਼ਾ ਖਾਣ ਨੂੰ ਦਿਲ ਕਰਦਾ ਉਹ ਦੇਖੇਗਾ ਕਿ ਕਿਹੜੇ ਗੁਰਦਾਰੇ ਪੀਜ਼ਾ ਬਣਿਆ ਜੋ ਉਹਦੇ ਮਨ ਦੀ ਆਤਮਾ ਚਾਹੁੰਦੀ ਖਾਣ ਵਾਸਤੇ ਉਹਨੇ ਗੁਰਦੁਆਰੇ ਜਾ ਕੇ ਸਿੱਧਾ ਉਹ ਚੀਜ਼ ਖਾਣ ਵਾਸਤੇ ਜਾਣਾ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਤਕ ਵੀ ਨਹੀਂ ਹੋਣਾ ਤੇ ਉਹਨਾਂ ਨੇ ਸਿੱਧਾ ਲੰਗਰ ਵਿੱਚ ਜਾਣਾ ਖਾਦਾ ਤੇ ਉਤੋਂ ਵਾਪਸ ਮੁੜ ਗਏ ਜਿਹੜਾ ਐਸ ਵੀਊ ਦਾ ਜਾਂਦਾ ਉਹ ਕਦੀ ਵੀ ਗੁਰੂ ਘਰ ਵਿੱਚੋਂ ਕਦੀ ਕੋਈ ਬਖਸ਼ਿਸ਼ ਨਹੀਂ ਪ੍ਰਾਪਤ ਕਰ ਸਕਦਾ ਸਾਨੂੰ ਜ਼ਰੂਰਤ ਆ ਅਸੀਂ ਗੁਰੂ ਦਾ ਜਿਹੜਾ ਗੁਰਪ੍ਰਸਾਦ ਦਾ ਲੱਗਰ ਉਹਨੂੰ ਮੁੱਖ ਰੱਖ ਕੇ ਜਾਈਏ ਔਰ ਜੇ ਸੰਗਤ ਦੇ ਵਿੱਚ ਪ੍ਰਸਾਦ ਆ ਸਕਣਾ ਤੇ ਪ੍ਰਸਾਦੇ ਨੂੰ ਲੰਗਰ ਸਮਝ ਕੇ ਪ੍ਰਸਾਦ ਦੇ ਵਜੋਂ ਆਪਾਂ ਲੈਣਾ ਹੈ ਬਲਕਿ ਇਹ ਨਹੀਂ ਕਿ ਆਪਾਂ ਅਨ ਖਾਨ ਜਾਣਾ ਤੇ ਆਪਦੀ ਪੇਟ ਪੂਜਾ ਕਰਨ ਜਾਣਾ ਆਪਾਂ ਉਹਨੂੰ ਪ੍ਰਸ਼ਾਦ ਸਮਝ ਕੇ ਜੇ ਸਮਝਾਂਗੇ ਸਕਾਂਗੇ ਤਾਂ ਉਹ ਮਰਤਬਾ ਨ ਜਾਵੇਗਾ ਉਹ ਫਿਰ ਬਖਸ਼ਿਸ਼ ਮਿਲ ਜਾਂਦੀ ਏ ਜੇ ਗੁਰੂ ਘਰ ਵਿੱਚ ਪ੍ਰਸ਼ਾਦ ਸਕਦੇ ਹੋ ਲੰਗਰ ਸਕਦੇ ਹੋ ਤੇ ਦਮਰਾ ਦੋ ਦਮਰੇ ਇੱਕ ਡਾਲਾ ਦੋ ਡਾਲੇ ਪੰਜ ਡਾਲੇ ਤੁਸੀਂ ਗੋਲਕ ਵਿੱਚ ਵੀ ਪਾਵੋ ਤਾਂ ਕਿ ਤੁਹਾਡਾ ਜਰਾ ਨਾ ਹੋਣਾ ਹਿਸਾਬ ਤਾਂ ਵੀ ਸਹੀ ਰਹੇ ਔਰ ਲੰਗਰ ਦੀ ਜਿਹੜੀ ਦੁਰ ਵਰਤੋਂ ਇਦਾਂ ਨਹੀਂ ਹੋਣੀ ਚਾਹੀਦੀ ਔਰ ਲੰਗਰ ਨੂੰ ਲੰਗਰ ਸਮਝ ਕੇ ਪ੍ਰਸਾਦ ਸਮਝ ਕੇ ਤੇ ਉਹਦੇ ਹਿਸਾਬ ਨਾਲ ਸਾਨੂੰ ਚੱਲਣਾ ਚਾਹੀਦਾ ਜਿਵੇਂ ਕਿ ਹੁਣ ਕਈ ਵਾਰ ਬੱਚਾ ਹਨ ਹੁੰਦਾ ਵਾ ਉਹਨੂੰ ਵੀ ਜਿਵੇਂ ਕਿ ਹੁਣ ਅੱਜ ਕੱਲ ਤੁਸੀਂ ਦੇਖਦੇ ਹੋ ਕਿੰਨੇ ਥਾਵਾਂ ਤੇ ਲੋੜ ਆ ਲੰਗਰ ਦੀ ਉੱਥੇ ਜਾ ਕੇ ਵੀ ਆਪਾਂ ਵਰਤਾ ਸਕਦੇ ਹਾਂ ਉਹਨੂੰ ਵੇਸਟ ਕਰਨੋਂ ਛੁਟਣ ਦੇ ਵੀ ਜਾਏ ਤੇ ਕਿਸੇ ਦੇ ਮੂੰਹ ਵਿੱਚ ਪੈ ਜਾਏ ਗਰੀਬ ਗੁਰੂ ਦੇ ਤਾਂ ਵੀ ਵਿਚਾਰਾ ਸਿਛਾ ਦੇ ਤੇ ਨਾਲ ਹੀ ਨਾਲ ਹੀ ਜਿਹੜਾ ਆਇਡੈਂਟੀਟੀ ਕ੍ਰਾਈਸਿਸ ਦੀ ਗੱਲ ਹੈ ਇਹ ਪੱਗਾਂ ਦਾੜੀਆਂ ਵਾਲੇ ਕੌਣ ਨੇ ਜਿਹੜੇ ਹਮਲੇ ਹੁੰਦੇ ਨੇ ਸ਼ਾਇਦ ਉਹਦੇ ਨਾਲ ਜਿੱਠਣ ਵਾਸਤੇ ਵੀ ਇਹੋ ਜਿਹਾ ਇਸ਼ੂ ਜਿਹੜਾ ਆ ਇਹੋ ਜਿਹਾ ਇਨੀਸ਼ੀਏਟਿਵ ਫਾਇਦਾ ਦੇਗਾ ਜੇ ਤੁਸੀਂ ਨਾਲ ਖਾਲਸਾਈ ਝੰਡਾ ਜਾਂ ਬੈਨਰ ਲੈ ਕੇ ਜਾਂਦੇ ਹੋ ਇਹੋ ਜਿਹੀ ਸੇਵਾ ਕਰਨ ਬਿਲਕੁਲ ਬਿਲਕੁਲ ਜਦੋਂ ਜਦੋਂ ਸਾਡਾ ਨਿਸ਼ਾਨ ਨਾਲ ਆ ਸਾਡਾ ਪਹਿਰਾਵਾ ਸਾਰਾ ਸਹੀ ਹੈ ਤੇ ਹੁਣ ਅੱਜ ਦੇ ਦੋ ਜੋਗ ਵਿੱਚ ਮੈਨੂੰ ਬਹੁਤ ਦਸੋਗੋ ਦਿੱਕਤ ਆ ਰਹੀ ਬੜੀ ਮੁਸ਼ਕਲ ਆ ਰਹੀ ਮੈਂ ਕਈ ਥਾਵਾਂ ਤੇ ਜੋ ਜਾਨਾ ਟ੍ਰਾਂਟੋ ਵਿੱਚ ਵੀ ਗਿਆ ਜਿੱਥੇ ਵੀ ਜਾਨਾ ਇੱਥੇ ਵੀ ਮੈਨੂੰ ਦੋ ਚਾਰ ਐਸੇ ਲੋਕ ਮਿਲੇ ਜਿਹੜੇ ਜਿਹੜਾ ਕਿਸੇ ਦਾ ਰੂਪ ਆ ਉਹ ਉਹ ਧਾਰਨ ਕਰੀ ਬੈਠੇ ਦੇ ਇਹ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਇਹ ਸਾਨੂੰ ਇਜਾਜ਼ਤ ਦਿੱਤਾ ਜਿਹੜਾ ਰੂਪ ਬਖਸ਼ਿਆ ਦੁਨੀਆ ਦੇ ਤੇ ਇਹ ਸਭ ਤੋਂ ਉੱਚਾ ਸੁੱਚਾ ਰੂਪ ਬਖਸ਼ਿਆ ਜਿਹੜਾ ਖਾਲਸਾ ਪੰਥ ਨੂੰ ਰੂਪ ਦਿੱਤਾ ਖਾਲਸ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ ਪਿਓਰ ਜਿਹਦੇ ਜ ਕੋਈ ਮਲਾਵਟ ਨਹੀਂ ਉਹ ਜਾਮਾ ਸਾਨੂੰ ਬਖਸ਼ਿਸ਼ ਕੀਤਾ ਅਸੀਂ ਆਪਣਾ ਜਾਮਾ ਆਪਣਾ ਪਹਿਰਾਵਾ ਛੱਡ ਕੇ ਤੇ ਕੋਈ ਮੁਸਲਮਾਨ ਬਣਿਆ ਫਿਰਦਾ ਕੋਈ ਕੁਛ ਬਣਿਆ ਫਿਰਦਾ ਮੁਸਲਮਾਨਾਂ ਦੀ ਨਿਸ਼ਾਨੀ ਕੀ ਆ ਸਿਰ ਦੇ ਵਾਲ ਪੂਰੇ ਕੱਟੇ ਹੋਣਗੇ ਤੇ ਦਾੜੀ ਰੱਖੀ ਹੋਗੀ ਜਾਂ ਵਿਚਾਲੇ ਮੂਸਾਂ ਕੱਟੀਆਂ ਹੋਣਗੀਆਂ ਤੇ ਬਾਕੀ ਦਾੜੀ ਰੱਖੀ ਹੋਗੀ ਇਹ ਉਹਨਾਂ ਦੀ ਪਛਾਣ ਆ ਉੱਥੇ ਟੋਰਾਂਟੋ ਦੇ ਵਿੱਚ ਇਦਾਂ 2-4 ਬੰਡੇ ਦਾ ਪੁਲਿਸ ਨੇ ਘੇਰ ਲਿਆ ਉਹਨਾਂ ਨੂੰ ਮੁਸਲਮਾਨ ਸਮਝ ਕੇ ਔਰ ਜਦੋਂ ਘੇਰ ਲਿਆ ਉਹਨਾਂ ਦਾ ਤੇ ਜਦੋਂ ਫਿਰ ਉਹਨਾਂ ਦਾ ਡੰਟੀਕਾਰ ਦੇਖਿਆ ਵੀ ਇਹਦੇ ਸਿੱਖਾਂ ਦੇ ਬੱਚੇ ਨੇ ਫਿਰ ਉਹਨਾਂ ਨੇ ਛੱਡ ਦਿੱਤਾ ਤੋ ਇਸ ਵਾਤੇ ਆਪਾਂ ਨੂੰ ਕਿਸੇ ਦਾ ਰੂਪ ਨਹੀਂ ਧਾਰਨਾ ਆਪਣਾ ਰੂਪ ਕਿਸੇ ਨੂੰ ਦੋ ਤੁਸੀਂ ਕਿਸੇ ਦਾ ਰੂਪ ਉਧਾਰਨ ਕਰਦੇ ਹੋ ਇਹਦੇ ਇੱਕ ਸਾਡੀ ਪਛਾਣ ਆ ਇਹ ਸਾਡਾ ਰੂਪ ਜਿਹੜਾ ਗੁਰੂ ਨੇ ਬਖਸ਼ਿਆ ਉਹਦੇ ਤੇ ਬਾਣੀ ਔਰ ਬਾਣੇ ਨੂੰ ਸੰਭਾਲ ਕੇ ਰੱਖਾਂਗੇ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਸਾਨੂੰ ਕੋਈ ਹਿਲਾ ਸਕੋਗੀ ਜਦੋਂ ਹੀ ਉਹਨਾਂ ਦੇ ਵਿੱਚ ਮਿਕਸ ਹੁੰਨੇ ਆ ਆਪਣੇ ਪਹਿਰਾਵਾ ਅਗਲੇ ਦਾ ਪਹਿਨ ਕੇ ਦੇ ਆਪਣਾ ਰੂਪ ਬਦਲ ਕੇ ਵਿਚਰਦੇ ਆ ਅਗਲੇ ਨੂੰ ਪਛਾਣ ਭੁੱਲ ਜਾਂਦੀ ਆ ਤੁਸੀਂ ਜਿਹੜੀ ਗੱਲ ਕੀਤੀ ਹੈ ਉਹਦੇ ਜਦੋਂ ਅਸੀਂ ਆਇਡੈਂਟੀਟੀ ਦੀ ਗੱਲ ਕਰਦੇ ਆਂ ਬੰਦੇ ਦੀ ਪਛਾਣ ਦੀ ਗੱਲ ਕਰਦੇ ਆਂ ਆ ਤਾਂ ਜੇ ਅਸੀਂ ਸਿੱਖ ਇਤਿਹਾਸ ਨੂੰ ਫੋਲਿਏ ਤਾਂ ਉਹਦੇ ਚ ਅ ਬੇਸ਼ੱਕ ਮੁਗਲਾਂ ਦੇ ਨਾਲ ਲੜਾਈਆਂ ਸੀ ਪਰ ਇਸਲਾਮ ਨਾਲ ਲੜਾਈਆਂ ਨਹੀਂ ਨਜ਼ਰ ਆਉਂਦੀਆਂ ਠੀਕ ਹੈ ਜੀ ਸਾਡੇ ਦਰਬਾਰ ਸਾਹਿਬ ਦੀ ਅਗਰ ਰਾਮਦਾਸ ਨਗਰੀ ਦੀ ਨੀਕ ਮੁਸਲਮਾਨ ਰੱਖਦਾ ਆ ਨਵੀ ਖਾਨ ਗਨੀ ਖਾਨ ਗੁਰਗੋਵਿੰਦ ਸਿੰਘ ਜੀ ਦੀ ਜ਼ਿੰਦਗੀ ਚ ਇੱਕ ਪਧਿਆ ਰੋਲ ਪਲੇ ਕਰਦੇ ਨੇ ਸੋ ਇਸ ਹਾਲਾਤ ਦੇ ਵਿੱਚ ਅੱਜ ਜਦੋਂ ਅਸੀਂ ਦੋ ਘਟ ਗਣਤੀਆਂ ਪੱਛਮ ਦੇ ਵਿੱਚ ਗਿਣੀਏ ਇੱਕ ਮੁਸਲਮਾਨ ਦੂਜੇ ਸਿੱਖ ਤਾਂ ਤੁਹਾਨੂੰ ਨਹੀਂ ਲੱਗਦਾ ਜਦੋਂ ਦਿਖ ਦੇ ਉੱਤੇ ਹਮਲਾ ਹੁੰਦਾ ਆ ਤਾਂ ਉਦੋਂ ਇੱਕ ਆਪਸੀ ਤਾਲਮੇਲ ਬਣਾ ਕੇ ਸਾਰਿਆਂ ਨੂੰ ਇਸ ਗੱਲ ਤੇ ਅਵੇਅਰ ਕੀਤਾ ਜਾਏ ਕਿ ਮਨੁੱਖਤਾ ਕੀ ਹੈ ਮਨੁੱਖ ਦੀ ਕਦਰ ਕਰੋ ਕੱਪੜਿਆਂ ਦੇ ਨਾਲ ਨਾ ਲੜੋ ਨੇ ਬਿਲਕੁਲ ਸਹੀ ਗੱਲ ਆ ਅਸਲ ਤੇ ਇਸ ਗੱਲ ਨੂੰ ਨਾ ਆਪਾਂ ਸਮਝ ਨਹੀਂ ਪਾ ਰਹੇ ਪਹਿਲੀ ਗੱਲ ਤੇ ਗੁਰੂ ਨੇ ਜਿਹੜਾ ਪੈਦਾ ਕੀਤਾ ਸਿੱਖ ਸਿੱਖ ਦਾ ਮਕਸਦ ਕੀ ਸਿੱਖ ਦਾ मीनिंग ਭਾਵ ਕੀ ਹੈ ਕਿਉਂ ਗੁਰੂ ਨੇ ਸਿੱਖ ਪੈਦਾ ਕੀਤਾ ਹੈ ਇੱਕ ਵਰਲਡ ਵਿੱਚ ਇੱਕ ਐਸਾ ਹੈ ਗੁਰੂ ਦੇ ਚਦ ਮਕਸ਼ਿਆ ਕਿਸ ਨੇ ਸਵਾਮੀ ਜੀ ਲਾਇਆ ਕਹਿੰਨੇ 108 ਲਾਇਆ ਕਹਿੰਨੇ ਕੁਛ ਲਾਇਆ ਲੇਕਿਨ ਗੁਰੂ ਨੇ ਜਿਹੋ ਉਹਨੇ ਬਖਸ਼ਿਸ਼ ਕੀਤੀ ਹੈ ਕਹਿੰਦੇ ਸਿੱਖ ਸਿੱਖ ਦਾ ਮਤਲਬ ਕੀ ਕੀ ਕਰਨਾ ਸਿੱਖ ਨੇ ਸਿੱਖਣਾ ਹਮੇਸ਼ਾ ਪੂਰੀ ਜ਼ਿੰਦਗੀ ਕੀ ਸਿੱਖਣਾ ਸਿੱਖੀ ਸਿੱਖਿਆ ਗੁਰ ਵਿਚਾਰ ਔਰ ਜੇ ਗੁਰੂ ਦੇ ਸੰਧਾ ਆਤਮਾ ਆਪਾਂ ਸਮਝ ਪਾਈਏ ਉਹ ਗੁਰੂ ਨੇ ਸਿੱਖ ਪੈਦਾ ਕੀਤਾ ਇਹਦਾ मीनिंग ਭਾਵ ਕੀ ਆ ਇਹਦਾ ਮਤਲਬ ਪ੍ਰੈਕਟੀਕਲ ਜੀਵਨ ਕੀ ਆ ਕਾਦੇ ਵਾਸਤੇ ਪੈਦਾ ਕੀਤਾ ਤੇ ਇਹਨਾਂ ਆਪਣੇ ਆਪ ਨੂੰ ਸਮਝਣੀ ਲੋੜ ਆ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਬਸਾਨ ਜੇ ਆਪਾਂ ਪਛਾਣ ਕਰ ਲਈਏ ਤੇ ਫਿਰ ਕੋਈ ਐਸਾ ਕੋਈ ਦੁਨੀਆ ਦੇ ਵਿੱਚ ਕੋਈ ਐਸਾ ਚੱਕਰ ਨਹੀਂ ਚੱਲ ਸਕਦਾ ਔਰ ਗੁਰੂ ਨੇ ਤੇ ਆਖਿਆ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਛਾਣ ਬੋ ਇੱਕ ਨੂਰ ਤੇ ਸਭ ਜਗ ਜਗਾ ਕੌਣ ਭਲੇ ਕੋ ਮੰਦੇ ਇੱਕ ਪਿਤਾ ਇੱਕ ਸਿੱਕੇ ਨੂੰ ਮਾਰਕ ਤੋਂ ਮੇਰਾ ਗੁਰਾਈ ਗੁਰੂ ਦੇ ਸਾਹਮਣੇ ਅਦਾਤ ਦੇ ਦਿਆ ਇਹ ਮਾਰਗ ਦਿਖਾ ਰਿਹਾ ਔਰ ਗੁਰੂ ਜੀ ਸਾਹਿਬਾਂ ਨੇ ਜਿੱਦੀਆਂ ਜੰਗਾਂ ਲੜੀਆਂ ਨੇ ਕਿਸੇ ਜਾਤ ਪਾਤ ਦੇ ਨਾਲ ਲੜਾਈ ਨਹੀਂ ਲੜੀ ਉਹਨਾਂ ਨੇ ਲੜਾਈਆਂ ਲੜੀਆਂ ਨੇ ਜ਼ੁਲਮ ਦੇ ਨਾਲ ਜਿਹੜਾ ਕੋਈ ਹਾਂ ਹਾਂਜੀ ਹਾਂਜੀ ਤੇ ਇਸ ਕਰਕੇ ਉਹਨਾਂ ਨੇ ਜਾਤਾਂ ਪਾਤਾਂ ਤੋਂ ਉੱਚੇ ਉੱਠ ਕੇ ਸਾਡਾ ਵੀ ਜੋ ਹਮੇਸ਼ਾ ਜੋ ਪ੍ਰੋਬਲਮ ਕਰਦੇ ਐ ਸੀ ਕਹਿੰਦੇ ਧਰਮ ਨੂੰ ਮੁੱਖ ਨਾ ਰੱਖੋ ਧਰਮੀ ਬਣੋ ਜਦੋਂ ਆ ਨੀਸਾਨ ਧਰਮੀ ਬਣ ਜਾਵੇਗਾ ਫਿਰ ਧਰਮਾਂ ਨੂੰ ਛੱਡ ਕੇ ਉੱਚਾ ਉੱਠ ਕੇ ਧਰਮੀ ਬਣ ਕੇ ਫਿਰ ਕਜੀਬ ਗਲਤ ਕੰਮ ਨਹੀਂ ਕਰੇਗਾ ਅਸੀਂ ਛੋਟੇ ਜਿਹੇ ਵਕਫੇ ਲਈ ਰੁਕਦੇ ਆਂ ਆਪਾਂ ਲੱਖਾ ਸਿੰਘ ਜੀ ਦੇ ਨਾਲ ਗੱਲਬਾਤ ਜਾਰੀ ਹੈ ਬਹੁਤ ਸਾਰੇ ਕਰੰਟ ਇਸ਼ੂਜ਼ ਦੇ ਉੱਤੇ ਸਾਡੀ ਮੌਜੂਦਾ ਪੀੜ੍ਹੀ ਨੂੰ ਦਰਪੇਸ਼ ਚੁਣੌਤੀਆਂ ਦੇ ਉੱਤੇ ਗੱਲਬਾਤ ਕਰ ਰਹੇ ਆਂ ਔਰ ਨਾਲ ਹੀ ਜੋ ਨਾਨਕ ਸਰਕ ਲੇਰਾ ਡੇਰਾ ਹੈ ਉਸ ਦੇ ਜ਼ਰੀਏ ਕੀਤੇ ਜਾ ਰਹੇ ਕੰਮਾਂ ਦੇ ਉੱਤੇ ਸਪੈਸ਼ਲੀ ਸਮਾਜ ਸੇਵਾ ਦੇ ਕੰਮ ਜਿਹੜੇ ਨੇ ਉਹਨਾਂ ਨੂੰ ਇੱਥੇ ਆਉਣ ਵਾਲੀ ਸੰਗਤ ਦੇ ਨਾਲ ਇੱਥੇ ਮੌਜੂਦ ਸੰਗਤ ਦੇ ਨਾਲ ਕਿਦਾਂ ਕਨੈਕਟ ਕੀਤਾ ਜਾ ਸਕਦਾ ਇਹਦੇ ਬਾਰੇ ਅਸੀਂ ਥੋੜੇ ਜਿਹੇ ਵਕਫੇ ਦੇ ਬਾਅਦ ਗੱਲ ਕਰਦੇ ਆਂ ਪ੍ਰਿਕਤ ਬਾਅਦ ਮੁੜਦੇ ਆਂ ਪ੍ਰੀਤ ਬਾਦ ਸਾਡੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਅਸੀਂ ਬਾਬਾ ਲੱਖਾ ਸਿੰਘ ਜਿਹੜੇ ਨਾਨਕਸਰ ਸੰਪਰਦਾ ਦਾ ਮੁਖੀ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੀ ਹਾਂ ਅ ਔਰ ਬਾਬਾ ਇਹ ਪਹਿਲਾਂ ਇੱਕ ਗੱਲ ਦੱਸੋ ਜੋ ਜਗਰਾਉਂ ਦੇ ਵਿੱਚ ਹੋ ਰਿਹਾ ਹੈ ਜਗਰਾਉਂ ਦੀ ਉਹਨੂੰ ਅਸੀਂ ਹੈੱਡਕੁਆਰਟਰ ਜੇ ਮੰਨ ਲਈਏ ਤਾਂ ਉੱਥੋਂ ਜੋ ਸਪਰੈਡ ਕੀਤਾ ਜਾ ਰਿਹਾ ਅੱਗੇ ਉਹਦੇ ਵਿੱਚ ਬਹੁਤ ਸਾਰੇ ਖੇਤਰ ਨੇ ਜਿਨ੍ਹਾਂ 'ਚ ਕੰਮ ਹੋ ਰਿਹਾ ਆ ਸੋ ਉਹ ਜਿਹੜੀ ਫਿਲਾਸਫੀ ਤੁਸੀਂ ਸੰਪਰਦਾ ਦੀ ਲੈ ਕੇ ਚੱਲੇ ਹੋਗਾ ਉਸ ਫਿਲਾਸਫੀ ਦੇ ਵਿੱਚ ਇੱਕ ਨਵੇਕਲੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਇਹਦੇ ਵਿੱਚ ਖੇਡਾਂ ਦੇ ਉੱਤੇ ਬੜਾ ਧਿਆਨ ਦਿੱਤਾ ਜਾਂਦਾ ਆ ਬੱਚਿਆਂ ਦੇ ਵਿਆਹਾਂ ਦਾ ਖਿਆਲ ਰੱਖਿਆ ਜਾ ਰਿਹਾ ਆ ਇਹਦੇ ਵਿੱਚ ਮੈਡੀਕਲ ਸਹੂਲਤਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਮੈਂ ਸਾਰੇ ਖੇਤਰਾਂ 'ਚ ਵੱਖ-ਵੱਖਰੀ ਆਣਾ ਚਾਹਣਾ ਪਰ ਮੈਂ ਇਹ ਜਾਣਨਾ ਚਾਹਣਾ ਕਿ ਆਮ ਤੌਰ ਤੇ ਜਦੋਂ ਅਸੀਂ ਕਿਸੇ ਦੀ ਵੀ ਗੱਲ ਕਰਦੇ ਹਾਂ ਸਪੈਸ਼ਲੀ ਜਦੋਂ ਚੰਗੀ ਫਾਲੋਇੰਗ ਵਾਲੇ ਡੇਰਿਆਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਇਹ ਚੀਜ਼ਾਂ ਘੱਟ ਹੁੰਦੀਆਂ ਨੇ ਤੇ ਲੋਕਾਂ ਨੂੰ ਨਾਮ ਲਾ ਕੇ ਰੱਖਣ ਦੀ ਜਦੋਂ ਜਿਹੜੀ ਜ਼ਿਆਦਾ ਹੁੰਦੀ ਆ ਸੋ ਉਹ ਫਰਕ ਕਿੱਦਾਂ ਆ ਤੇ ਇੱਥੇ ਆਈ ਸੰਗਤ ਨੂੰ ਕਿੱਦਾਂ ਸਮਝਾਓਗੇ ਇਹ ਗੱਲ ਵੀ ਭਾਈ ਆਪਣੇ ਨਿਆਣਿਆਂ ਨੂੰ ਖੇਡਾਂ 'ਚ ਵੀ ਤੋਰੋ ਤੇ ਸਮਾਜ ਸੇਵਾ ਵਾਲੇ ਲਿ ਜਾਓ ਨੇ ਬਹੁਤ ਵਧੀਆ ਤੁਹਾਡਾ ਜਿਹੜਾ ਕੁਐਸਚਨ ਆ ਜੇ ਹੈਲਥ ਠੀਕ ਆ ਤੇ ਸਾਰਾ ਕੁਝ ਠੀਕ ਆ ਜੇ ਹੈਲਥ ਹੀ ਜ਼ਿਆਦਾ ਸਰੀਰੀ ਠੀਕ ਨਹੀਂ ਤੇ ਆਪਾਂ ਕਰ ਵੀ ਕੀ ਪਾਵਾਂਗੇ ਇਸ ਕਰਕੇ ਜਿਹੜਾ ਸਾਡਾ ਮੇਨ ਮੁਖ ਮਕਸਦ ਨਾਨਕਸਰ ਦੇ ਵਿੱਚ ਅਸੀਂ ਇਹਦੇ ਮਤਲਬ ਖੇਡਾਂ ਦੇ ਪੱਖੋਂ ਹੈਲਥ ਦੇ ਪੱਖੋਂ ਅਸੀਂ ਬਹੁਤ ਸਾਰੀਆਂ ਉੱਥੇ ਗਏ ਮਾ ਜੋ ਟੂਰਨਾਮੈਂਟ ਵਗੈਰਾ ਅਸੀਂ ਕਰਾਉਂਦੇ ਰਹਿੰਦੇ ਆ ਔਰ ਟੂਰਨਾਮੈਂਟ ਬੜੇ ਪ੍ਰਭਾਵਸ਼ਾਲੀ ਸਾਡੇ ਜਾਂਦੇ ਨੇ ਤੇ ਬਾਹਲੀਆਂ ਕੰਟਰੀਆਂ ਤੋਂ ਵੀ ਉੱਥੇ ਜੋ ਇਹਨਾਂ ਸਮਾਗਮਾਂ ਤੇ ਆਪਣੇ ਸਾਥ ਸੰਗਤਾਂ ਪਹੁੰਚਦੀ ਆ ਔਰ ਦਾ ਅਛੇ ਬੰਦੀ ਕਰੇਗਾ ਕਿ ਜਿਵੇਂ ਇਸ ਇਨਾਨ ਸਰ ਟੂਰਨਾਮੈਂਟ ਕਰਾਉਂਦੇ ਆ ਔਰ ਵਲਡ ਵਿੱਚ ਹਰ ਕੰਟਰੀ ਵਿੱਚ ਤਕਰੀਬਨ ਆਪਣੀ ਕੌਮ ਨੂੰ ਜਿਤਨੇ ਗੁਰਦੁਆਰੇ ਨੇ ਗੁਰਦੁਆਰੇ ਵਾਲਿਆਂ ਨੇ ਵੀ ਇਹ ਕਦਮ ਚੁੱਕਣਾ ਚਾਹੀਦਾ ਤਾਂ ਕਿ ਵਾਧ ਤਵਾਦ ਸੀ ਬੱਚਾ ਨੂੰ ਇਹ ਗੇਮਾਂ ਵਾਲੇ ਪਾਸੇ ਲਾ ਸਕੀਏ ਤੇ ਉਹ ਨਸ਼ਿਆਂ ਤੋਂ ਮੁਕਤ ਹੋ ਕੇ ਚੱਲਣ ਜੇ ਗੇਮਾਂ ਵਾਲੇ ਪਾਸੇ ਲੱਗ ਜਾਣਗੇ ਤਾਂ ਉਹਨਾਂ ਦਾ ਜੀਵਨ ਸੁਚੱਜਾ ਸਰੀਰ ਨੂੰ ਕੋਈ ਰੋਗ ਨਹੀਂ ਔਰ ਨਸ਼ਿਆਂ ਤੋਂ ਵੀ ਬਚੇ ਰਹਿਣਗੇ ਔਰ ਚੜ੍ਹਦੀ ਕਲਾ ਵਿੱਚ ਜੀਵਨ ਬਤੀਤ ਹੋਵੇਗਾ ਜਿੱਥੇ ਤੁਸੀਂ ਇਹ ਅਪੀਲ ਕੀਤੀ ਉੱਥੇ ਮੈਂ ਇਹ ਵੀ ਜਾਨਣਾ ਚਾਹਨਾ ਕਿਉਂਕਿ ਕੈਨੇਡਾ ਦੇ ਵਿੱਚ ਸਿਹਤ ਸਹੂਲਤਾਂ ਬਹੁਤ ਘੱਟ ਪ੍ਰਾਈਸ ਤੇ ਆ ਸਸਤੀਆਂ ਨੇ ਪਰ ਉੱਥੇ ਡਿਲੇ ਬਹੁਤ ਹੈ ਅਮਰੀਕਾ ਦੇ ਵਿੱਚ ਜਿਹੜੀ ਸਿਹਤ ਸਹੂਲਤਾਂ ਬਹੁਤ ਜ਼ਿਆਦਾ ਮਹਿੰਗੀ ਆ ਇੰਸ਼ੋਰੈਂਸ ਤਾਂ ਕਈ ਵਾਰ 7-800 ਹਜ਼ਾਰ ਡਾਲਰ ਤੋਂ ਉੱਪਰ ਇੱਕ ਇੱਕ ਬੰਦੇ ਦੀ ਚੱਲੇ ਜਾਂਦੀ ਮਹੀਨੇ ਦੀ ਸੋ ਇਹ ਸਲਾਹਤ ਦੇ ਵਿੱਚ ਜਦੋਂ ਸਾਡੇ ਆਪਣੀ ਕਮਿਊਨਿਟੀ ਦੇ ਵਿੱਚ ਸਿੱਖਾਂ ਚੋਂ ਪੰਜਾਬੀਆਂ ਚੋਂ ਲੱਖਾਂ ਦੀ ਗਿਣਤੀ ਚ ਡਾਕਟਰ ਮੌਜੂਦ ਨਹੀਂ ਤੁਹਾਨੂੰ ਲੱਗਦਾ ਵੀ ਆਮ ਤੌਰ ਤੇ ਅਪੀਲ ਹੁੰਦੀ ਵੀ ਪੰਜਾਬ ਜਾ ਕੇ ਕੈਂਪ ਲਾਇਆ ਕਰੋ ਤੁਹਾਨੂੰ ਲੱਗਦਾ ਹੈ ਕਿ ਗੁਰਦੁਆਰਾ ਸਹਿਬਾਨ ਇੱਕ ਡਿਸਪੈਂਸਰੀ ਜਾਂ ਇੱਕ ਐਸੀ ਲੋਕੇਸ਼ਨ ਵੀ ਬਣ ਸਕਦੇ ਨੇ ਜਿੱਥੇ ਲੋਕਾਂ ਨੂੰ ਸਿਹਤ ਸਹੂਲਤਾਂ ਘਟੋ ਘਟ ਜਾਂਚ ਪਰਖ ਵਾਸਤੇ ਸੁਵਿਧਾ ਫਰੀ ਦਿੱਤੀ ਜਾ ਸਕੇ ਆ ਤੁਸੀਂ ਬੜਾ ਵਧੀਆ ਕੁਐਸਚਨ ਕੀਤਾ ਇਹ ਦੇਖੋ ਦਾਸ ਜਿਸ ਜਗ੍ਹਾ ਤੇ ਰਹਿੰਦਾ ਨਾਂ ਸਰ ਕਲੀਰਾਂ ਜਿਗਰਾਉਂ ਕੋਤੋਂ ਦੇ ਸੇਵਾਦਾਰ ਹੋਣ ਦੇ ਨਾਤੇ ਦਾਸ ਬਾਰੋਂ ਵਿਚ ਰਿਹਾ ਹੈ ਔਰ ਲੇਕਿਨ ਤੁਸੀਂ ਗੁਰਦੁਆਰਿਆਂ ਦੀ ਗੱਲ ਕੀਤੀ ਵੀ ਡਿਸਪੈਂਸਰੀਆਂ ਵਾਸਤੇ ਸਾਡਾ ਇੱਕੋ ਸਥਾਨ ਆ ਜਿੱਥੇ ਜਿਹੜੀ ਪਰੰਪਰਾ ਮਰਜਾਦਾ ਬਾਬਾਈ ਨੇ ਚਲਾਈ ਸੀਗੀ ਉਹਨਾਂ ਨੇ ਕੇਵਲ ਤੇ ਕੇਵਲ ਗੁਰੂ ਸਾਹਿਬ ਦਾ ਨਿਸ਼ਾਨੇ ਨੂੰ ਮੁਖ ਰੱਖ ਕੇ ਜਿਹੜੀ ਗੁਰੂ ਗ੍ਰੰਥ ਸਾਹਿਬੀ ਦਾ ਜਿਹੜਾ ਪ੍ਰਕਾਸ਼ ਸੰਗਾਸਨ ਆ ਜੋ ਤੁਹਾਨੂੰ ਗੁਰੂ ਅਰਜਨ ਪਾਚੇ ਦਾ ਹੁਕਮ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਹੁਕਮ ਸੀ ਉਹਦੇ ਪਾਲਣਾ ਕੀਤੀ ਔਰ ਗੁਰਬਾਣੀ ਦਾ ਅਦਬ ਤੇ ਸਤਕਾਰ ਕੀਤਾ ਔਰ ਕਰਨ ਦੀ ਜਾਂਚਨਾ ਸिखਾਈ ਪੂਰੇ ਵਰਲਡ ਵਿੱਚ ਮੈਂ ਇਹ ਗੱਲ ਕਰ ਰਿਹਾ ਕਿਉਂਕਿ ਹੁਣ ਸਮਾਂ ਬੜਾ ਛੋਟੇ ਤੇ ਮੈਂ ਕਹਿੰਦਾ ਵੀ ਗੱਲ ਹਰ ਵਰਗ ਤੋਂ ਸਾਡੀ ਹੋ ਸਕੇ ਅੱਜ ਮੈਂ ਗੱਲ ਦਾਅਵੇ ਨਾਲ ਕਹਿੰਨਾ ਕਿ ਜੇ ਗੁਰੂ ਗ੍ਰੰਥ ਸਾਹਿਬ ਦਾ ਅੱਜ ਅਦਵਸ਼ਤਕਾਰ ਵਰਲਡ ਦੇ ਵਿੱਚ ਹੈ ਤੇ ਬਾਬਾ ਨਾਨਕ ਸਿੰਘ ਜੀ ਦੀ ਦੇਨਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਕਾਰ ਜੋ ਗੁਰੂ ਨੇ ਚਲਾ ਕੇ ਦਿਖਾਇ ਸੀ ਪੁਰਨੇ ਪਾਇਸੀ ਤੁਹਾਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਪਹਿਲਾ ਪ੍ਰਕਾਸ਼ ਕੀਤਾ ਪਲੰਗ ਤੇ ਬਰਾਜਮਣ ਕਰਾਏ ਹਰਿਮੰਦਰ ਸਾਹਿਬ ਪ੍ਰਕਾਸ਼ ਕਰਾਏ ਔਰ ਆਪਣਾ ਸਿੰਘਾਸਨ ਉਸ ਦਿਨ ਤੋਂ ਭੁਵੇਂ ਤੋਂ ਲਾ ਲਿਆ ਤੇ ਜੇ ਉਹ ਮਰਜ਼ਾਦਾ ਬਹਾਲ ਕੀਤੀ ਦੁਬਾਰਾ ਉਸ ਮਰਜ਼ਾਦੇ ਤੇ ਪਹਿਰਾ ਦਿੱਤਾ ਦੇ ਬਾਬਾ ਨਾਨਕ ਸਿੰਘ ਨੇ ਦਿੱਤਾ ਅੱਜ ਪੂਰੇ ਵਰਲਡ ਵਿੱਚ ਉਹ ਮਰਜ਼ਾਦਾ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਵਾਸਤੇ ਚੱਲ ਰਹੀ ਹੈ ਔਰ ਤੁਸੀਂ ਦੇਖੋ ਕਿ ਜਿਹੜੀ ਉੱਥੇ ਦੀ ਹੋਰ ਮਰਜ਼ਾਦਾ ਇਹ ਭਜਨ ਪਾਠ ਦੀ ਮਰਜ਼ਾਦਾ ਬਾਬਾ ਜੀ ਸਚਖੰਦ ਸ੍ਰੀ ਹਜੂਰ ਸਾਹਿਬ ਤੋਂ ਲੈ ਕੇ ਆਏ ਜਿਹੜੀ ਕੀਰਤਨ ਦੀ ਮਰਜ਼ਾਦਾ ਬਾਬਾ ਜੀ ਹਰਮੰਦਰ ਸਾਹਿਬ ਤੋਂ ਲੈ ਕੇ ਆਏ ਜਿਵੇਂ ਹਰਮੰਦਰ ਸਾਹਿਬ ਵਿੱਚ ਨਰੋਲ ਕੀਰਤਨ ਹੁੰਦਾ ਇਸੇ ਤਰ੍ਹਾਂ ਨਾਨਕ ਸਰ ਵਿੱਚ ਨਰੋਲ ਕੀਰਤਨ ਹੁੰਦਾ ਹਰਮੰਦਰ ਸਾਹਿਬ ਵਿੱਚ ਦੋਰਾ ਦੀ ਪਰੇਦਾ ਨਾਂਜ ਕਰਾ ਬਲਾਈ ਜਾਂਦਾ ਐਵੇਂ ਨਾਨਕ ਸਰ ਵਿੱਚ ਦੋਰਾ ਨਹੀਂ ਪਰੇਦਾ ਨਾਂਜ ਕਰਾ ਬਲਾਈ ਜਾਂਦਾ ਨਾ ਕਿਸੇ ਦੇ ਨਾਮ ਦੀ ਅਰਦਾਸ ਨਹੀਂ ਦੀ ਕੋਈ ਅਰਦਾਸ ਨਹੀਂ ਨਾਨਕ ਨਾਮਚਾਰ ਦੀ ਗੱਲ ਤੇਰੇ ਬਾਣੇ ਸਰਬੱਤ ਦਾ ਭਲਾ ਔਰ ਉਹ ਮਰਜ਼ਾਦਾ ਨੂੰ ਬਾਬਾ ਜੀ ਲੈ ਕੇ ਨਾਨਕ ਸਰ ਵਿੱਚ ਚੱਲ ਨੇ ਸਭ ਤੋਂ ਹੋਰ ਵਾਅਦਾ ਕੀ ਆ ਕਿ ਅੱਜ ਹਰ ਕਿਸੇ ਵੀ ਧਰਮ ਦੇ ਵਿੱਚ ਜਿੱਤੇ ਵੀ ਧਰਮ استان ਉਤੇ ਗੋਲ ਕਾ ਰੱਖਿਆ ਨੇ ਨਾਨਸਰ ਦੇ ਵਿੱਚ ਕੋਈ ਗੋਲ ਕੜੀ ਤੇ ਹੁਣ ਆਦਿਸ਼ ਬਾਹਰ ਆਇਆ ਹਰ ਚੈਨਲ ਤੇ ਜਾਂਦਾ ਹਰ ਚੈਨਲ ਦੇ ਪ੍ਰੋਗਰਾਮ ਵੀ ਕਰਦਾ ਗੁਰੂ ਘਰਾਂ ਦੇ ਵਿੱਚ ਹਜ਼ਾਰਾਂ ਦੇ ਕਟ ਵਿੱਚ ਪ੍ਰੋਗਰਾਮ ਕਰ ਰਿਹਾ ਅੱਜ ਤੱਕ ਆਦਿਸ਼ ਨੇ ਕਦੀ ਅਪੀਲੀ ਕੀਤੀ ਕਿ ਮੇਰੇ ਇਨੇ ਕਾਰਜ ਕਿੰਨੇ ਕਾਰਜ ਉਤੇ ਹਰ ਵਰਗ ਤੋਂ ਮੈਂ ਕੰਮ ਕਰ ਰਿਹਾ ਜਿਵੇਂ ਹੌਸਪੀਟਲ ਆ ਐਜੂਕੇਸ਼ਨ ਦੇ ਵਿੱਚ ਸਕੂਲ ਆ ਇਸੇ ਤਰ੍ਹਾਂ ਬਿਰਦਾ ਸਮਾ ਮੋਦੀ ਖਾਣਾ ਚਲਾਇਆ ਉਹਦੇ ਲਾਉਂਦੀ ਮਹਿੰਮ ਚਲਾਈ ਆ ਹਰ ਵਰਗ ਤੋਂ ਕੰਮ ਕਰਿਆ ਪਰ ਅੱਜ ਤੱਕ ਕਦੀ ਅਪੀਲੀ ਕੀਤੀ ਕਿ ਮੈਨੂੰ ਪੈਸੇ ਦੀ ਲੋੜ ਆ ਤੇ ਇਕੱਠਾ ਕਰਕੇ ਦੋਹੀਂ ਉਥੇ ਇਹੋ ਜਿਹੇ ਕਾਰਜਾਂ ਦੇ ਲਾਉਣਾ ਤੇ ਤੁਸੀਂ ਦੇਖ ਲਓ ਗੁਲ ਕੋਥੇ ਨਹੀਂ ਪਗrai ਅਸਦੀ ਕਰਦੇ ਤੇ ਜਿਹੜਾ ਐਡੇ ਵੱਡੇ ਕਾਰਜ ਕਿਵੇਂ ਚੱਲ ਰਹੇ ਆ ਇਹ ਕਮਾਲਕ ਦੇ ਭਰੋਸਾ ਵਾ ਤੇ ਹੁਣ ਜਿੰਨੇ ਗੁਰਦੁਆਰੇ ਨੇ ਜੇ ਗੁਰਦੁਆਰਿਆਂ ਦਾ ਐਸਾ ਵੀਊ ਬਣ ਜਾਵੇ ਗੇਮਾਂ ਪ੍ਰਤੀ ਜਾਂ ਜਾਂ ਡਿਸਪੈਂਸਰੀਆਂ ਪ੍ਰਤੀ ਜੋ ਲਾਜਨਿਕ ਰਸਦਾ ਗੁਰੂ ਘਰ ਦੇ ਵਿੱਚੋਂ ਦਵਾਈ ਲੈ ਸਕੇ ਤੇ ਇਹ ਤੋਂ ਉਹਨਾਂ ਨੂੰ ਕੀ ਔਖਾ ਕੋਈ ਔਖਾ ਨਹੀਂ ਕੋਈ ਔਖਾ ਨਹੀਂ ਸਿਰਫ ਮਨ ਦਾ ਵੀਊ ਬਣਨਾ ਚਾਹੀਦਾ ਅੱਜ ਜੋ ਗੁਰੂ ਘਰਾਂ ਦੇ ਵਿੱਚ ਹਾਲਾਤ ਬਣ ਚੁੱਕੇ ਨੇ ਮਾਫ ਕਰਨਾ ਮੈਨੂੰ ਹੋ ਸਕਦਾ ਵੀ ਕੋਈ ਬੁਰਾ ਭਲਾ ਵੀ ਬੋਲੇ ਪਰ ਮੈਂ ਕਹਿੰਦਾ ਗਰੇਜਰੀ ਕਰਾਂਗਾ ਜਿੰਨੇ ਗੁਰਦੁਆਰੇ ਨੇ ਤਕਰੀਬਨ ਲੋਕਾਂ ਨੇ ਆਪਣੇ ਨਿੱਜੀ ਪ੍ਰਾਪਰਟੀਆਂ ਬਣਾ ਕੇ ਬੈਠ ਗਏ ਆ ਇਹ ਗੁਰੂ ਘਰ ਨਿੱਜੀ ਪ੍ਰਾਪਰਟੀਆਂ ਨਹੀਂ ਹੁੰਦੀ ਇਹ ਸੰਗਤ ਦੀ ਪ੍ਰਾਪਰਟੀ ਹੁੰਦੀ ਹੈ ਸੰਗਤ ਦਾ ਸਾਰਾ ਕੁਝ ਹੁੰਦਾ ਮੈਂ 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 ਤੁਹਾਡੀ ਗੱਲ ਟੋਕ ਕੇ ਵਿੱਚ ਇੱਕ ਗੱਲ ਐਡ ਕਰ ਦਵਾ ਜਿਹੜੀ ਮੈਨੂੰ ਸੁਣਨ ਮਿਲੀ ਆ ਕਈ ਬੱਚਿਆਂ ਤੋਂ ਜਿਨ੍ਹਾਂ ਨੇ ਮੈਨੂੰ ਕਿਹਾ ਆ ਔਰ ਜੋ ਬੱਚੇ ਦੇਖਦੇ ਹੋਣਗੇ ਤਾਂ ਉਹਨਾਂ ਨੂੰ ਪਤਾ ਹੋਏਗਾ ਕਿਹੜੇ ਨੇ ਉਹ ਕਿ ਅਸੀਂ ਗੁਰਦੁਆਰੇ ਇਸ ਲਈ ਨਹੀਂ ਜਾਂਦੇ ਉਹਨਾਂ ਦੇ ਮਾਪਿਆਂ ਨੇ ਵੀ ਕਿਹਾ ਕਿ ਪਤਾ ਨਹੀਂ ਕਦੋਂ ਲੜਾਈ ਹੋ ਜਾਣੀ ਐ ਕਦੋਂ ਪੱਗਾਂ ਲੱਥ ਜਾਣੀਆਂ ਕਦੋਂ ਖਸੌਣ ਚੱਲ ਜਾਣੇ ਨੇ ਇਹ ਇੱਕ ਖ਼ਤਸ਼ਾ ਇੱਕ ਡਰ ਬਹੁਤ ਸਾਰੇ ਲੋਕਾਂ ਦੇ ਅੰਦਰ ਪੈ ਗਿਆ ਆ ਜਿਹੜਾ ਆਮ ਤੌਰ ਤੇ ਐਤਵਾਰ ਨੂੰ ਕਮਿਊਨਿਟੀ ਸੈਂਟਰ ਸੀ ਗੁਰਦੁਆਰਾ ਉਹਦੇ ਵਿੱਚ ਜਾਣ ਲੱਗਿਆਂ ਬਹੁਤ ਸਾਰੇ ਗੁਰਦੁਆਰਿਆਂ ਦੇ ਇਹ ਹਾਲਾਤ ਨੇ ਕਿਸੇ ਇੱਕ ਦਾ ਨਹੀਂ ਐ ਸੋ ਉਹਨਾਂ ਬੱਚਿਆਂ ਨੂੰ ਹੁਣ ਕਿਵੇਂ ਜਵਾਬ ਦੇਵੋਗੇ ਬਿਲਕੁਲ ਸਹੀ ਗੱਲ ਆ ਜੇ ਅਸੀਂ ਅੱਜ ਆਪਣੇ ਵਿਊਰੂ ਨਾਲ ਸੰਭਾਲਿਆ ਗੁਰੂ ਘਰਾਂ ਨੂੰ ਗੁਰੂ ਘਰ ਸਮਝ ਕੇ ਨਾ ਚੱਲੇ ਤੇ ਜਿਹੜੀ ਸਾਡੀ ਪ੍ਰੀਰੀਆ ਗੁਰੂ ਘਰ ਵਿੱਚ ਜਾਣੋ ਬਿਲਕੁਲ ਬੰਦ ਹੋ ਜਾਵੇਗੀ ਤੇ ਮਾਫ ਕਰਨਾ ਜਿਵੇਂ ਚਰਚ ਵਿਗਰੇ ਨੇ ਤੁਹਾਡੇ ਗੁਰਦੁਆਰੇ ਵੇ ਇਦਾਂ ਵਿਗੜੇ ਸ਼ੁਰੂ ਹੋ ਜਾਣਗੇ ਜੇ ਆਪਣੇ ਆਪ ਨੂੰ ਅਸੀਂ ਸੰਭਾਲਣ ਦੀ ਕੋਸ਼ਿਸ਼ ਨਾ ਕੀਤੀ ਤਾਂ ਤੋਂ ਇਸ ਲਈ ਜੇ ਬੱਚਿਆਂ ਨੂੰ ਆਪਾਂ ਸਿੱਖੀ ਸ਼ੁਰੂ ਵਿੱਚ ਲਿਆਉਣਾ ਚਾਹੁੰਦੇ ਆ ਬੱਚਿਆਂ ਨੂੰ ਸਹੀ ਗਾਈਡ ਕਰਨਾ ਚਾਹੁੰਦੇ ਆ ਤੇ ਸਾਨੂੰ ਪਹਿਲਾਂ ਆਪਣਾ ਆਪ ਗੁਰੂ ਘਰਾਂ ਦਾ ਔਰ ਘਰ ਦਾ ਜੋ ਮਾਹੌਲਾ ਉਹ ਸਹੀ ਕਰਨਾ ਪਵੇਗਾ ਜਿਹੜੇ ਘਰ ਵਿੱਚ ਘਰ ਦੇ ਆਗੂ ਸ਼ਰਾਬ ਦੀਆਂ ਬੋਤਲਾਂ ਲੈ ਕੇ ਬੱਚਿਆਂ ਦੇ ਸਾਹਮਣੇ ਪੀਂਦੇ ਨੇ ਗਲਤ ਕੰਮ ਕਰਦੇ ਨੇ ਉਹ ਬੱਚੇ ਕਿਵੇਂ ਸਹੀ ਰਸਤੇ 'ਤੇ ਆ ਜਾਣਗੇ ਕਿਵੇਂ ਬਾਣੀ ਦੇ ਜੋੜ ਸਕਣਗੇ ਸੋ ਇਸੇ ਤਰ੍ਹਾਂ ਗੁਰੂ ਘਰਾਂ ਦਾ ਜਿਹੜਾ ਮਾਹੌਲਾ ਉਹ ਵੀ ਸਾਨੂੰ ਸਹੀ ਕਰਨਾ ਪਵੇਗਾ ਮੈਂ ਤਾਂ ਇਥੋਂ ਤੱਕ ਵੀ ਬੇਨਤੀ ਕਰਦਾ ਕਿ ਹੋਰ ਗੁਣ ਭਾਵੇਂ ਦੁਸ਼ਮਣ ਕੋਲ ਮਿਲੇ ਉਹਦੋਂ ਕੋਲ ਵੀ ਲੈ ਲੈਣਾ ਚਾਹੀਦਾ ਹੋਰ ਬਹੁਤ ਸਾਰੇ ਐਸੇ ਤਰ੍ਹਾਂ ਦੇ ਜਿਵੇਂ ਜਿਵੇਂ ਜਿਹੜੀ ਮੰਨ ਲੋ ਜਾਂ ਹੋ ਰਿਹਾ ਹੈ ਜੇ ਸੰਭਾਗ ਕੇ ਤੇ ਉਹਨਾਂ ਦੇ ਵਿੱਚ ਇੱਕ ਬੜੀ ਖਾਸੀਅਤ ਆ ਜਿ ਕੋ ਉਹਨਾਂ ਦਾ ਕੋਈ ਮਤਲਬ ਭਰਾ ਕੋਈ ਉਹਨਾਂ ਦਾ ਕੋਈ ਉਹਨਾਂ ਦੇ ਧਰਮ ਦਾ ਕੋਈ ਆਉਣ ਵਾਲਾ ਕੋਈ ਬੰਦਾ ਕੋਈ ਥੱਲੇ ਗਿਰਿਆ ਉਹਨੂੰ ਆਉਂਦਾ ਉਹਨਾਂ ਦੀ ਸ਼ਰਨ ਲੈਂਦਾ ਤੂੰ ਹੱਥ ਦੇ ਕੇ ਚੱਕਦੇ ਨੇ ਤਾਂ ਉਹਨਾਂ ਨੂੰ ਪੈਸੇ ਵੱਲੋਂ ਵੀ ਉਹਦੀ ਨਾਲ ਮਦਦ ਕਰਦੇ ਨੇ ਉਹਨਾਂ ਨੂੰ ਰਹਿਣਾ ਬਹਿਣਾ ਵੀ ਨਾਲ ਦਿੰਦੇ ਨੇ ਕਾਰੋਬਾਰ ਵੀ ਤੇ ਵੀ ਲਵਾਉਂਦੇ ਨੇ ਪਰ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ ਗੁਰਦੁਆਰੇ ਵਾਲਿਆਂ ਨੂੰ ਜਿਗਦੇ ਕੋਈ ਗੁਰਸਿੱਖ ਪਰਿਵਾਰ ਤੁਹਾਡੀ ਆ ਕੇ ਸ਼ਰਨ ਲੈਂਦਾ ਤਾਂ ਉਹਨੂੰ ਸ਼ਰਨ ਦਿਓ ਉਹਦਾ ਐਗਰੀਮੈਂਟ ਕਰੋ ਕਿ ਜਿੰਨੀ ਤੇਰੀ ਲਾਈਫ ਆ ਤੇਰੀ ਜ਼ਿੰਦਗੀ ਦੇ ਵਿੱਚ ਤੇ ਜਿੰਨੇ ਸਵਾਛ ਜਿਹੜਾ ਤੂੰ ਕੰਮ ਕਰੇ ਤੇਰੀ ਕਮਾਈ ਦਾ ਦਸਵਾਂ ਦੇ ਇਸ ਗੁਰਦੁਆਰੇ ਵਿੱਚ ਆਵੇ ਲੇਕਿਨ ਆਇਆਂ ਨੂੰ ਸਰੰਦੋ ਇਤਨੀ ਗੱਲ ਜੇ ਐਗਰੀ ਕਰ ਲੈਣ ਤੰਡਾਲੇ ਦੇ ਗੁਰਦੁਆਰਿਆਂ ਦੀ ਆਮਦਨ ਵਾਝ ਜਾਵੇ ਤੇ ਨਾਲੇ ਸਾਡੇ ਗੁਰੂ ਪਿਆਰੇ ਦੇ ਜਿਹੜੇ ਭਰਾ ਇੱਥੇ ਆਉਣਗੇ ਉਹ ਆਪਣੇ ਪੈਰਾਂ ਦੇ ਖੜਕੇ ਤੇ ਹਮੇਸ਼ਾ ਉਹਨਾਂ ਦੇ ਨਾਲ ਜੁੜੇ ਰਹਿਣਗੇ ਕਿੰਨਾ ਸਿੱਖੀ ਵਿੱਚ ਇਸੀ ਦਾ ਵਾਅਦਾ ਹੁੰਦਾ ਹੈ ਇਹ ਕਰਨਾ ਬਹੁਤ ਜ਼ਰੂਰੀ ਲਾਜ਼ਮੀ ਆਪਣੀ ਕੰਮ ਨੂੰ ਜਿਨ੍ਹਾਂ ਚ ਰਹੀ ਇਹ ਜਿਹੀ ਗੱਲਾਂ ਵਿੱਚ ਆਪਾਂ ਨਹੀਂ ਜਾਵਾਂਗੇ ਤੇ ਆਪਣੀ ਕੌਮ ਜੀ ਹੋਰ ਥੱਲੇ ਅੱਜ ਕੱਲ੍ਹ ਤੇ ਤੁਨਪਤਾ ਹਰ ਪਾਸੇ ਵਰਗ ਦੇ ਵਿੱਚ ਕਿਦਾਂ ਖਿੱਚਿਆ ਜਾ ਰਿਹਾ ਹੈ ਕਲੂਜ਼ਨ ਨੂੰ ਕਿਵੇਂ ਦੁੱਧ ਦਸਾ ਹੋ ਰਹੀ ਹੈ ਲੇਕਿਨ ਉਹਨਾਂ ਚੀਜ਼ਾਂ ਤੋਂ ਬਚਾਉਣ ਵਾਸਤੇ ਸਾਨੂੰ ਇਹ ਚੀਜ਼ ਜ਼ਰੂਰੀ ਹੈ ਤੇ ਜੇ ਆਪਾਂ ਇਹਦਾ ਕਰ ਲਾਂਗੇ ਤੇ ਸਿੱਖੀ ਬਹੁਤ ਜ਼ਿਆਦਾ ਪਰਫੁੱਲਤ ਹੋਵੇਗੀ ਤੇ ਗੁਰੂ ਘਰਾਂ ਦੇ ਵਿੱਚ ਵੀ ਵਾਧਾ ਹੋਵੇਗਾ ਤੇ ਆਉਣ ਵਾਲੇ ਬੱਚਿਆਂ ਨੂੰ ਵੀ ਜਿਹੜਾ ਸਹੀ ਤਰ੍ਹਾਂ ਗਾਈਡ ਆਪਾਂ ਕਰ ਸਕਾਂਗੇ ਤੇ ਗੁਰੂ ਘਰ ਚੜ੍ਹਦੀ ਕਲਾ ਵਿੱਚ ਚੱਲ ਸਕਦੇ ਆਖਰੀ ਸਵਾਲ ਇੱਕ ਕਿਉਂਕਿ ਇਹ ਹੁਣ ਤੁਸੀਂ ਗੱਲ ਛੇੜੀ ਹੈ ਗੁਰੂ ਘਰਾਂ ਦੀ ਜਵਾਬਦੇਹੀ ਤੇ ਜਵਾਬਦੇਹੀ ਮੈਨੂੰ ਲੱਗਦਾ ਉਦੋਂ ਤੋਂ ਸ਼ੁਰੂ ਹੁੰਦੀ ਹੈ ਜਦੋਂ ਗੁਰਦੁਆਰਾ ਸਹਿਬਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਦਿੱਤੀ ਗਈ ਵੋਟਾਂ ਦਾ ਕੰਮ ਸ਼ੁਰੂ ਹੋਇਆ ਤੇ ਜਦੋਂ ਅਸੀਂ ਡੈਮੋਕ੍ਰੇਸੀ ਕਹਿੰਦੇ ਆ ਜਦੋਂ ਵੋਟਾਂ ਪੈਂਦੀਆਂ ਨੇ ਤੇ ਜਵਾਬ ਦੇ ਹੀ ਉਹਦੇ ਵਿੱਚ ਪੈਸੇ ਦੀ ਵੀ ਬਣਦੀ ਆ ਤੁਹਾਨੂੰ ਲੱਗਦਾ ਕਿਉਂਕਿ ਅਮਰੀਕਾ ਦੇ ਵਿੱਚ ਵੀ ਔਰ ਕੈਨੇਡਾ ਦੇ ਵਿੱਚ ਵੀ ਕੁਝ ਗੁਰਦੁਆਰਾ ਸਹਿਬਾਨ ਐਸੇ ਨੇ ਜਿੱਥੇ ਵੋਟਾਂ ਜਾਂ ਚੋਣਾਂ ਦੀ ਲੜਾਈ ਨਹੀਂ ਪੈਂਦੀ ਹਰ ਹਫਤੇ ਹਰ ਮਹੀਨੇ ਆਏ ਹੋਏ ਫੰਡ ਦਾ ਪੂਰਾ ਹਿਸਾਬ ਗੁਰਦੁਆਰਾ ਸਾਹਿਬ ਦੇ ਨੋਟਿਸ ਬੋਰਡ ਤੇ ਲੱਗ ਜਾਇਆ ਕਰਦਾ ਸੰਗਤ ਨੂੰ ਪਤਾ ਆ ਉਹਨਾਂ ਨੇ ਕੀ ਦਿੱਤਾ ਉਹਦਾ ਖਰਚਾ ਕਿੱਦਾਂ ਹੋਇਆ ਤੁਹਾਨੂੰ ਲੱਗਦਾ ਹੈ ਕਿ ਇਹੋ ਜੀ ਜਵਾਬਦੇਹੀ ਜੇ ਹਰ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਨ ਲੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਆਪਣੀ ਮਾਲਕੀ ਮੰਨ ਬੈਠੇ ਨੇ ਉਹਦੀ ਥਾਂ ਜੇ ਮਾਲਕੀ ਸੰਗਤ ਦੀ ਮੰਨੀ ਜਾਏ ਤਾਂ ਉਹ ਜ਼ਿਆਦਾ ਜ਼ਰੂਰੀ ਹੈ ਕਿੰਨਾ ਇੰਪੋਰਟੈਂਟ ਹੈ ਉਹ ਅਕਾਉਂਟੇਬਿਲਟੀ ਜੇ ਇਦਾਂ ਹੋਏ ਤਾਂ ਫਿਰ ਤੋਂ ਵਧੀ ਵੱਡੀ ਤੇ ਖੁਰਕਰੀਸਲੀ ਬਹੁਤ سارے ਗੁਰਦਾਰੇ ਐਸੇ ਦੇ ਜਿਨ੍ਹਾਂ ਦਾ ਵਿਊ ਬੜਾ ਵਧੀਆ ਚੱਲ ਰਿਹਾ ਕਿਤੇ ਉੱਥੇ ਕੋਈ ਕੰਮ ਨਹੀਂ ਕੋਈ ਹੋਰ ਨਹੀਂ ਤੇ ਜੇ ਉਹ ਵੀਊ ਗੁਰਦੁਆਰਿਆਂ ਦਾ ਇਹਦਾ ਬਣਾ ਲੈਣ ਤੇ ਕਿਦੀ ਕੀ ਪਰਫਲੋ ਤਾਂ ਸ਼ਾਇਦ ਉਹ ਪੈਸਾ ਵੀ ਚੰਗੇ ਥਾਂ ਤੇ ਲੱਗ ਸਕਦਾ ਚੰਗੇ ਵਧੀਆ ਕਾਰਜ ਹੋ ਸਕਦੇ ਆ ਨਾ ਕਿਸੇ ਨੂੰ ਕੋ ਰੰਜਿਸ ਰਹਿੰਦੀ ਆ ਵੀ ਇਹਨਾਂ ਨੇ ਪੈਸਾ ਖਾ ਲਿਆ ਨੇ ਐ ਕਰ ਲਿਆ ਜੇ ਕਰ ਲਿਆ ਬਹੁਤ ਵਧੀਆ ਗੱਲ ਇਹ ਤਾਂ ਇਸ ਵਾਸਤੇ ਜਿਹੜਾ ਹੁਣ ਮੈਂ ਇੱਕ ਮੈਂ ਹੋਰ ਵੀ ਗੱਲ ਕਹਿਣੀ ਚਾਹੁੰਦਾ ਕਿ ਮੈਂ ਹੁਣ ਵਿਛੜਦਾ ਦੇਖੋ ਹਰ ਕੰਟਰੀ ਜਾਣਾ ਮੈਂ ਪੂਰੇ ਵਰਲਡ ਵਿੱਚ ਲੇਕਿਨ ਜਿੱਥੇ ਜਾਇਦਾ ਵਾ ਲੋਕਾਂ ਜਿਹੜੇ ਬਾਹਰਲੀਆਂ ਕੰਟਰੀਆਂ ਜਿੱਦਨੇ ਲੋਕ ਨੇ ਇਹਨਾਂ ਦਾ ਪਤਾ ਨਹੀਂ ਕਿੱਦਾਂ ਦਾ ਵੀ ਹੋ ਚੁੱਕਾ ਜਿੱਥੇ ਬੈਠੋ ਜਿੱਥੇ ਚਾਰ ਬੰਦੇ ਆ ਉਥੇ ਸਿਆਸਤ ਦੀਆਂ ਗੱਲਾਂ ਇੱਧਰ ਦੀਆਂ ਉਧਰ ਉਧਰ ਦੀਆਂ ਉਧਰ ਕਰੀ ਜਾਣੀਆਂ ਟਿਕਾ ਟਿਪਣੀ ਨਿੰਦਿਆ ਚੁਗਲੀ ਕਰੀ ਜਾਣੀ ਜਿਹਦੇ ਵਿੱਚੋਂ ਇਹਨਾਂ ਨੇ ਨਾ ਕੋਈ ਕੱਢਣਾ ਨਾ ਪਾਉਣਾ ਨਾ ਜਾ ਕੇ ਇੰਡੀਆ ਰਾਜ ਕਰਨਾ ਨਾ ਇਹਨਾਂ ਨੇ ਇਹ ਕੰਟਰੀ ਨੂੰ ਛੱਡ ਕੇ ਇੰਡੀਆ ਵਾਪਸ ਜਾਣਾ ਜੇ ਤੇ ਤੁਸੀਂ ਜਾਣਾ ਵਾਪਸ ਜਾਣਾ ਫਿਰ ਤੇ ਤੁਸੀਂ ਲੋ ਉਹਦੇ ਵਿੱਚ ਹਿੱਸਾ ਲਓ ਤੁਸੀਂ ਗੱਲਬਾਤ ਕਰੋ ਜਦੋਂ ਤੁਸੀਂ ਇੱਥੇ ਛੱਡ ਕੇ ਜਾਣ ਨੂੰ ਤਿਆਰ ਨਹੀਂ ਵਿਸ਼ੇ ਵਾਪਸ ਮੋੜਨ ਨੂੰ ਤਿਆਰ ਨਹੀਂ ਤੇ ਤੁਸੀਂ ਖਾਮ ਖਾ ਤਾਂ ਆਮ ਖਰਾਬ ਕਰਦੇ ਨਾਲੇ ਲੋਕਾਂ ਦਾ ਟਾਈਮ ਬਰਬਾਦ ਕਰਦੇ ਹੋ ਜੇ ਉਹੀ ਪਰਮਾਰਥ ਦੀ ਗੱਲ ਕੀਤੀ ਜਾਵੇ ਚੰਗੀ ਗੱਲ ਕੀਤੀ ਜਾਵੇ ਕੋਈ ਧਾਰਮਿਕ ਪੱਖ ਤੋਂ ਗੁਰੂ ਦੀ ਕੋਈ ਜਸ਼ ਗਾਇਆ ਜਾਵੇ ਤੇ ਆਪਾਂ ਗੁਰੂ ਦੀਆਂ ਬਖਸ਼ਾਂ ਦੇ ਵੀ ਪਾਤਰ ਬਣ ਸਕਦੇ ਇਹ ਨਾਲ ਸਾਡਾ ਜੀਵਨ ਜਿਹੜਾ ਵੀ ਸਸਦਾ ਜਾ ਸਕਦਾ ਮੈਂ ਵੈਸੇ ਕਿਹਾ ਸੀ ਕਿ ਆਖਰੀ ਸਵਾਲ ਹੈ ਪਰ ਇੱਕ ਸਵਾਲ ਹੋਰ ਉੱਠ ਗਿਆ ਹੁਣ ਇਸ ਗੱਲ ਦੇ ਵਿੱਚੋਂ ਮੈਨੂੰ ਇਹ ਗੱਲ ਦੱਸੋ ਬਾਬਾਈ ਸਿੱਖੀ ਕਿਆ ਜਾਂ ਸਿੱਖ ਕੀ ਸਿਆਸਤ ਦੇ ਬਗੈਰ रह ਸਕਦਾ ਹੈ ਜਦੋਂ ਗੁਰੂ ਰਣਦੇਵ ਜੀ ਉੜਦੇ ਨੇ ਬਾਬਰ ਨੂੰ ਚੁਣੌਤੀ ਦਿੰਦੇ ਨੇ ਇੱਕ ਸਿਆਸੀ ਸਵਾਲ ਹੈ ਉਹਨੂੰ ਪੁੱਛਦੇ ਨੇ ਵੀ ਤੂੰ ਇਹ ਜ਼ੁਲਮ ਦੁਨੀਆ ਦੇ ਕਿਉਂ ਕਰ ਰਹੇ ਆਂ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਛੇਵੇਂ ਗੁਰੂ ਦੋ ਤਲਵਾਰਾਂ ਚੁੱਕਦੇ ਨੇ ਉਦੋਂ ਵੀ ਇੱਕ ਸਿਆਸੀ ਸਵਾਲ ਹੈ ਜਦੋਂ ਗੁਰਗੋਬਿੰਦ ਸਿੰਘ ਮੁੱਲ ਲੈਂਦੇ ਨੇ ਲੜਾਈ ਉਹ ਇੱਕ ਧਰਮ ਛੋਕਰ ਚ ਮੌਜੂਦ ਹੈ ਮਜ਼ਬੂਤੀ ਨਾਲ ਪਰ ਉਹ ਇੱਕ ਪੂਰੀ ਦੀ ਪੂਰੀ ਸਿਆਸਤ ਹੈ ਜਿਹਦੇ ਵਿੱਚ ਉਹ ਹਾਕਮ ਨੂੰ ਚੁਣੌਤੀ ਦੇ ਰਹੇ ਨੇ ਤਾਂ ਇਹ ਸਲਾਹਤ ਦੇ ਵਿੱਚ ਜੇ ਸਿੱਖ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਆਪਣੀ ਥਾਂ ਵੇ ਜਾਇਜ਼ ਹੈ ਵੀ ਜਿੱਥੇ ਤੁਸੀਂ ਜਾਣਾ ਨਹੀਂ ਉੱਥੇ ਸਿਆਸਤ ਚ ਇੰਟਰਸਟ ਨਹੀਂ ਲੈ ਰਹੇ ਪਰ ਕੈਨੇਡਾ ਦੇ ਵਿੱਚ ਸਿੱਖਾਂ ਨੇ ਲੋਕਲ ਸਿਆਸਤ ਇੰਟਰਸਟ ਲੈ ਕੇ ਬੜੀਆਂ ਮੱਲਾ ਮਾਰੀਆਂ ਨੇ ਯੂਕੇ ਚ ਬੜੀਆਂ ਮੱਲਾ ਮਾਰੀਆਂ ਨੇ ਜਦਕਿ ਯੂਐਸ ਦੇ ਵਿੱਚ ਨਜ਼ਰ ਨਹੀਂ ਆਉਂਦੇ ਤੁਹਾਨੂੰ ਲੱਗਦਾ ਹੈ ਕਿ ਜੇ ਇਹ ਮੋੜ ਸਥਾਨਕ ਸਿਆਸਤ ਵੱਲ ਪਵੇ ਸ਼ਾਦ ਉਹਨਾਂ ਦੀ ਅਗਲੀ ਪੀੜ੍ਹੀ ਵੀ ਕੁਝ ਕਮਾਲੇ ਜੇ ਹੁਣ ਦੇਖੋ ਨਾ ਗੁਰੂ ਸਾਹਿਬ ਦਾ ਧਰਮ ਬਣਾ ਦਾ ਰਾਜ ਚੱਲੇ ਰਾਜ ਬਣਾ ਸਭ ਦਲੇ ਮਲੇ ਹੈ ਜੇ ਆਪਾਂ ਇਹ ਗੱਲ ਕਰਦੇ ਹਾਂ ਤੇ ਜੇ ਮੈਂ ਹੁਣ ਇਹ ਗੱਲ ਫਖਰ ਦਾ ਕਹਿਣਾ ਇਪਿਛੇ ਮੈਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਮੈਂ ਪ੍ਰੋਗਰਾਮ ਦੇ ਸਪੈਸ਼ਲ ਉਹਨਾਂ ਨੇ ਦਾਸ ਨੂੰ ਬੁਲਾਇਆ ਤੇ ਗਿਆ ਔਰ ਜੋ ਅਸੀਂ ਵਿਸ਼ਵ ਭਰਨ ਸੇਵਾ ਸ਼ਾਂਤੀ ਮਿਸ਼ਨ ਨਾਨਕਸਰ ਤੋਂ ਇੱਕ ਸੰਸਥਾ ਤਿਆਰ ਕੀਤੀ ਹੈ ਜੋ ਸਾਡੀ ਸੰਸਥਾ ਦਾ ਜੋ ਮੇਨ ਮਾਰਕਾ ਕਿ ਗੁਰੂ ਗ੍ਰੰਥ ਸਾਹਿਬ ਦਾ ਜੋ ਸਿਧਾਂਤ ਹਨ ਚੋੜਾ ਹਰ ਵਰਗ ਵਿੱਚ ਅਸੀਂ ਭੇਜ ਸਕੀ ਹੈ ਔਰ ਸਾਡਾ ਵਿਸ਼ਾ ਹੈਗਾ ਇੱਕ ਪਿਤਾ ਇੱਕ ਸਕੇ ਹਾਂ ਬਾਰਕ ਤੇ ਜਿੰਨਾ ਚਿਰ ਸਾਡੀ ਪਛਾਣ ਨਹੀਂ ਗੱਲ ਮੁੜ ਕੇ ਪਹਿਲੀ ਗੱਲ ਤੋਂ ਕਤੇ ਆ ਗਈ ਕਿ ਜਿੰਨਾ ਚਿਰ ਸਾਡੀ ਆਪਣੀ ਪਛਾਣ ਨਹੀਂ ਐਸੀ ਕਿਸੇ ਨੂੰ ਕੀ ਦੱਸ ਸਕਾਂਗੇ ਆਪਣੀ ਪਛਾਣ ਵਾਤੇ ਜੋ ਕੈਨੇਡਾ ਦੀ ਪਾਰਲੀਮੈਂਟ ਵਿੱਚ ਅੱਜ ਜਿਹੜੇ ਸਿੱਖਾਂ ਦਾ ਇਸ ਵੇਲੇ ਪ੍ਰਭਾਵ ਆ ਗਿਆ ਵਾ ਉਹ ਵਿਊ ਗਿਆ ਵਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਾਰੇ ਜਿੰਨੇ ਸਿੱਖ ਬਾੜ ਬੈਠੇ ਨੇ ਤੇ ਜਿਨ੍ਹਾਂ ਨੇ ਇੰਨੀ ਹਿੰਮਤ ਕਰਕੇ ਇੰਦੀਆਂ ਪੜਾਈਆਂ ਕਰਕੇ ਇੰਦੀਆਂ ਮਾਰ ਮਾਰ ਕੇ ਐਡੀ ਦੂਰ ਪਹੁੰਚੇ ਨੇ ਅੱਜ ਪੂਰੇ ਵਰਲਡ ਵਿੱਚ ਜਿਹੜਾ ਤੋਂ ਪਾਰਲੀਮੈਂਟ ਦੇ ਵਿੱਚੋਂ ਮੈਸੇਜ ਗਿਆ ਤੇ ਕਿੰਨਾ ਸਲਾਮ ਜੋਗਾ ਇਹ ਚਿਤਰਾ ਇੰਗਲੈਂਡ ਦੀ ਧਰਤੀ ਤੇ ਵੀ ਹੋਰ ਵੀ ਸਾਰੀਆਂ ਕੰਟਰੀਆਂ ਦੇ ਵਿੱਚ ਜਿਹੜੇ ਸਿੱਖ ਬਾਦ ਹੁਣ ਮੈਂ ਜਾਨਾ ਹਾਂ ਹਾਂਗਕਾਂਗ ਉੱਥੇ ਦੋ ਸਾਡੇ ਗੁਰਸਿੱਖ ਲਨਸਰ ਦੇ ਲਾਗੂ ਗਾਲਬ ਪਿੰਡ ਤੋਂ ਨੇ ਬੜੀਆਂ ਵੱਡੀਆਂ ਪੋਸਟਾਂ ਦੇ ਉੱਤੇ ਨੇ ਪੁਲਿਸ ਦੇ ਵਿੱਚ ਔਰ ਹਾਂਜੀ ਔਰ ਉੱਥੋਂ ਤੁਸੀਂ ਦੇਖ ਲਓ ਵੀ ਉਹਨਾਂ ਨੇ ਜਦੋਂ ਇੰਡੀਆ ਦੇ ਵਿੱਚ ਕੋਈ ਮੀਟਿੰਗ ਹੋਣੀ ਸੀ ਪੂਰੇ ਵਰਲਡ ਦੀ ਹਰ ਕੰਟਰੀ ਤੋਂ ਉਹਨਾਂ ਨੇ ਮਤਲਬ ਇਸ ਮਿਸ਼ਨ ਦੇ ਦੋ ਦੋ ਬੰਦੇ ਭਲਾਏ ਸੀਗੇ ਤੇ ਉਹਨਾਂ ਨੇ ਸਪੈਸ਼ਲ ਉਹਨਾਂ ਗੁਰਸਿੱਖਾਂ ਨੂੰ ਭੇਜਿਆ ਇੰਡੀਆ ਵਾਸਤੇ ਬਲਕਿ ਉਹਨਾਂ ਨੇ ਆਪਣੀ ਕੰਟਰੀ ਦਾ ਬੰਦਾ ਭੇਜਣਾ ਸੀਗਾ ਜੇ ਉਹਨਾਂ ਦਾ ਉੱਥੇ ਪ੍ਰਭਾਵ ਆ ਉਹਨਾਂ ਨੇ ਕੁਝ ਖੱਡਿਆ ਕਮਾਇਆ ਕੁਝ ਆਪਣਾ ਨਾਮ ਰੋਸ਼ਨ ਕੀਤਾ ਗੁਰੂ ਦਾ ਨਾਮ ਰੋਸ਼ਨ ਕੀਤਾ ਤੇ ਤਾਂ ਹੀ ਉਹਨਾਂ ਨੂੰ ਉਹਨਾਂ ਨੇ ਭੇਜਿਆ ਤੇ ਇੱਥੇ ਜਦੋਂ ਇਹੋ ਜਿਹੀ ਗੱਲਾਂ ਹੁੰਦੀਆਂ ਸਾਡੀ ਸਾਡੀ ਸਾਥੀ ਚੌੜੀ ਹੁੰਦੀ ਹੈ ਇਹੋ ਜਿਹੀਆਂ ਗੱਲਾਂ ਸੁਣ ਕੇ ਔਰ ਚੰਗੀ ਗੱਲ ਜਿਹੜੀ ਹੈ ਉਹ ਜਗਤ ਵਿੱਚ ਜਿਹੜੀ ਆ ਪ੍ਰਚਲਿਤ ਕਰਨੀ ਚਾਹੀਦੀ ਆ ਮਾੜੀਆਂ ਗੱਲਾਂ ਮਾੜਾ ਵਿਸੂ ਜੋ ਕੋਈ ਮਾੜੀ ਘਟਨਾ ਹੁੰਦੀ ਆ ਉਹਨੂੰ ਅਸੀਂ ਇੱਕਦਮ ਫੇਸਬੁਕ ਤੇ ਸਾਰੇ ਖਿਲਾਰ ਦਿੰਦੇ ਆ ਕਦੀ ਕਦੀ ਕਿਸੇ ਨੇ ਚੰਗੀ ਗੱਲ ਨੂੰ ਵੀ ਫੇਸਬੁਕ ਉਰ ਤੇ ਪਾਉਣ ਦੀ ਕੋਸ਼ਿਸ਼ ਕੀਤੀ ਆ ਜਿਹਦੇ ਨਾਲ ਸਾਡੀ ਕੌਮ ਦਾ ਸ਼ਰੂ ਝਾਣਾ ਸਾਡੀ ਕੌਮ ਦਾ ਫਖਰ ਮਾਣ ਵਧਣਾ ਹੈ ਜਿਤੋਂ ਕਿਸੇ ਨੂੰ ਸ਼ੇਦ ਮਿਲਣੀ ਹੈ ਦੇਖ ਕੇ ਉਹ ਕੰਮ ਸਾਨੂੰ ਕਰਨੇ ਚਾਹੀਦੇ ਆ ਬਾਬਾਈ ਆਮ ਤੌਰ ਤੇ ਕਿਸੇ ਪੱਤਰਕਾਰ ਦਾ ਕਿਸੇ ਧਾਰਮਿਕ ਸ਼ਖਸੀਅਤ ਦੇ ਨਾਲ ਗੱਲਬਾਤ ਕਰਨਾ ਥੋੜਾ ਔਖਾ ਹੁੰਦਾ ਹੈ ਪਰ ਤੁਸੀਂ ਬਹੁਤ ਸਟੀਕ ਜਵਾਬ ਬਹੁਤ ਸਾਰੇ ਸਵਾਲਾਂ ਦੇ ਦਿੱਤੇ ਨੇ ਸੋ ਥੋੜਾ ਵਕਤ ਕੱਢਣ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਅ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਖਾਸ ਮੁਲਾਕਾਤ ਅ ਨਾਨਕਸਰ ਸੰਪਰਦਾ ਦਾ ਮੁਖੀ ਬਾਬਾ ਲਖਾ ਸਿੰਘ ਦੇ ਨਾਲ ਕੀਤੀ ਹੈ ਅਗਲੀ ਵਾਰ ਫੇਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਫਿਲਹਾਲ ਧੰਨਵਾਦ